वाहेगुरु जी का खालसा, वाहेगुरु जी की फतेह। गरीब नवाज सतगुरु, श्री गुरु ग्रंथ साहिब जीयां दी पावन हजूरी विच शाम दे दीवाना दीयां हाजरियां भरदे होए जीवन दीयां घड़ियां नूं आप जी सदियां बना रहे हो। आओ जिन्हां भी समा प्राप्त हो रहा है सतगुरां दी पावन महिमा नूं सरवण करके सफला करिए। इतिहास के पावन प्रसंगां दे विचों जिथे आप जी ने गुरसिखां दे जीवन की वार्ता नूं सरवण कीता, उत्थे गुरु घर दे विच बाबा प्रीति चंद जी अपना प्रभाव पाउण दा जतन हर वेले करदे। शहीदां दे सरताज पंजवें पातशाह गुरु अर्जन देव महाराज लाहौर वसदे बड़े वैराग विच हन। इन्हां सारे प्रकरणां दा आपां आनंद माणिया है। आओ समा सफला करिए, सुरत बैत एकाग्र चित बनाओ, गज बज के आखो जी सतनाम श्री वाहेगुरु साहिब जी, सतनाम श्री वाहेगुरु साहिब जी। चौपाई बीत गयो लवपुर चिरकाल, करी न सतगुर पुत्र समाल। भाई रामपुरे जी पावन कथा गुरु करगीधर पातशाह जी के सिंघां ते संगतां नूं सुणाउंदे ने। पंचम पातशाह गुरु अर्जन देव महाराज जिया लाहौर विच वसदिया इउं प्रतीत हुंदा है सानू पिता जी ने बुला दिता। यही कारण है इन्ना लम्मा समा हो गया कदे पिता गुरु जी ने सानू सता नहीं भेजिया। सतगुरां दे दर्शनां तो बिना नेता प्रद तरलो मच्छी होंदे आ। गोइंदवाल साहब दे विच बाबा प्रीति चंद ने अपना पसारा पा लिया। सतगुरु गुरु रामदास महाराज कदे कुछ नहीं कहिंदे क्योंकि गुरु दा स्वरूप अगमी है, इह दुनियावी चीजां नहीं। अज भी तुसी नोट करोगे धन गुरु ग्रंथ साहिब महाराज कदे किसे नूं कुछ नहीं आखदे। कोई बेअदबी करदा है, कोई बुरा करदा है, बुरा बोलदा है, सतगुरां दा मुढ तो ऐसा ही सुभाअ है। उस अकाल पुरख ने जीवां नूं अपने बंधना विच बन्निया होया है। वह जिवें बन्ने ने उवें चलदे रहे ने। हुण बाबा प्रीति चंद मोह माया दे जाल विच फसे आ। एक होमे बड़ी प्रचंड है, हंकार सतमें आसमान ते चढ़िया, मैं गुरु पुत्र हां, सारी संगत मेरा अदब ते सत्कार करदी है,
ਇੱਕ ਵਕਤ ਆਏਗਾ ਸਤਿਗੁਰੂ ਸੱਚੇ ਪਾਤਸ਼ਾਹ ਗੁਰਗੱਦੀ ਮੈਨੂੰ ਬਖਸ਼ਣਗੇ। ਇਸ ਮਾਣ ਕਰਕੇ ਉਹ ਸਭ ਤੇ ਆਪਣਾ ਸਿੱਕਾ ਚਲਾਉਂਦਾ ਏ। ਜਿਤਕ ਨਿਕਟ ਵਟੇ ਗੁਰ ਕੀ ਰੇ, ਸਭ ਪ੍ਰਿਥੀਏ ਤੇ ਡਰੇ ਕਨੇਰੇ। ਸਤਿਗੁਰਾਂ ਦੇ ਗਿਰਦ ਗਿਰਦ ਰਹਿਣ ਵਾਲੇ ਜਿੰਨੇ ਸਿੱਖ ਸੀ, ਕਈ ਤੇ ਪਰਵਾਹ ਹੀ ਨਹੀਂ ਕਰਦੇ ਵੀ ਕੌਣ ਪ੍ਰਿਥੀ ਚੰਦ, ਉਹਨਾਂ ਦਾ ਮਕਸਦ ਹੀ ਕੋਈ, ਤੇ ਕਈ ਡਰਦੇ ਬਹੁਤ ਸੀ ਕਿਉਂਕਿ ਸਤਿਗੁਰਾਂ ਦੇ ਅੰਦਰ ਨੂੰ ਤੇ ਕੋਈ ਵੀ ਨਹੀਂ ਨਾ ਜਾਣਦਾ ਗੁਰੂ ਕੀ ਕਰਦੇ ਨੇ ਕੀ ਕਰਨਗੇ। ਇਹ ਸਤਿਗੁਰਾਂ ਦੇ ਅੰਦਰ ਹੀ ਹੈ, ਬਿਲਕੁਲ ਨਹੀਂ ਜਾਣਦਾ। ਹੁਣ ਬਾਬਾ ਪ੍ਰਿਥੀ ਚੰਦ ਨੇ ਆਪਣਾ ਪ੍ਰਭਾਵ ਸੰਗਤ ਤੇ ਵਧਾ ਲਿਆ, ਵਾਧੇ ਘਾਟੇ ਕਰਕੇ ਸਿੱਖਾਂ ਨੂੰ ਲੱਗਦਾ ਵੀ ਗੁਰੂ ਸਾਹਿਬ ਇਹਨੂੰ ਕੁਝ ਨਹੀਂ ਆਖਦੇ। ਹੋ ਸਕਦਾ ਸਤਿਗੁਰਾਂ ਦੇ ਇੱਕ ਦਿਨ ਗੱਦੀ ਦੇ ਬਾਅਦ ਸੁਣ ਕੇ ਇਸੇ ਗੱਲੋਂ ਸਿੱਖ ਡਰਦੇ ਨੇ ਪ੍ਰਿਥੀ ਚੰਦ ਤੋਂ, ਤੇ ਬਾਬਾ ਪ੍ਰਿਥੀ ਚੰਦ ਆਪਣੀ ਜਥੇਦਾਰੀ ਕਾਇਮ ਕਰਦੇ ਨੇ, ਰੋਜ਼ ਸਿੱਖਾਂ ਨੂੰ ਸਿਰੋਂ ਪਾਉਂਦੇ ਆ, ਆਪਣੇ ਆਪ ਨੂੰ ਪ੍ਰਚਲਿਤ ਬਣਾਉਂਦੇ ਨੇ। ਇਮ ਜਿਸ ਕੋ ਰੁਖ ਦੇਖਣ ਕਰ, ਇਮ ਵਰਤੈ ਅਰ ਬਦਨ ਉਚਰੈ। ਆਪਣੀ ਜ਼ੁਬਾਨ ਤੋਂ ਉਹ ਜਿਹੀਆਂ ਗੱਲਾਂ ਕਰਨ ਦੀ ਬਾਬਾ ਪ੍ਰਿਥੀ ਚੰਦ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਗੱਲਾਂ ਦੇ ਨਾਲ ਪ੍ਰਭਾਵ ਪਵੇ, ਜਿਵੇਂ ਦਾ ਕਿਸੇ ਸਿੱਖ ਦਾ ਸੁਭਾਅ ਉਵੇਂ ਮੰਨ ਲੈਂਦੇ, ਕਿਉਂਕਿ ਇਹ ਯਤਨ ਨੇ ਛਲ ਦੇ ਫਰੇਬ ਦੇ ਬਲ। ਜਦੋਂ ਇਨਸਾਨ ਸੱਚਮੁੱਚ ਚੰਗਾ ਨਹੀਂ ਨਾ ਹੁੰਦਾ, ਉਹ ਸਮਾਜ ਨੂੰ ਪ੍ਰਭਾਵਿਤ ਕਰਨ ਵਾਸਤੇ ਚੰਗਾ ਬਣਨ ਦੀ ਕੋਸ਼ਿਸ਼ ਕਰਦਾ, ਕਈ ਚੰਗਾ ਬਣਨ ਦੀ ਕੋਸ਼ਿਸ਼ ਕਰਦੇ ਆ, ਕਈ ਸਿਰਫ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ। ਜ਼ਿਆਦਾਤਰ ਦੁਨੀਆਂ ਦੀ ਜ਼ਮਾਨੇ ਦੀ ਰਵਾਇਤ ਹੈ, ਇੱਥੇ ਚੰਗਾ ਚੁੰਗਾ ਕੋਈ ਨਹੀਂ, ਚੰਗਾ ਕੇਵਲ ਰੱਬ ਦਾ ਨਾਮ ਹੈ, ਤੇ ਕੋਈ ਚੰਗਾ ਬਣਨਾ ਵੀ ਨਹੀਂ ਜਾਊਗਾ, ਇਹ ਵੀ ਭੁਲੇਖਾ ਕੱਢ ਦੋ। ਲੋਕ ਸਿਰਫ ਚੰਗੇ ਦਿਸਣੇ ਚਾਹੁੰਦੇ ਆ, ਦੁਨੀਆ ਚੰਗਾ ਕਹਿੰਦੀ ਰਵੇ। ਹੁਣ ਬਾਬਾ ਪ੍ਰਿਥੀ ਚੰਦ ਨੂੰ ਸਿੱਖ ਚੰਗਾ ਕਹਿੰਦੇ ਆ, ਜਥੇਦਾਰ ਆਖਦੇ ਆ, ਸੰਗਤਾਂ ਦੇ ਜਿਹੜੇ ਮੁੱਖ ਮੁਖੀਏ ਆਉਂਦੇ ਨੇ ਉਹਨਾਂ ਦਾ ਮਾਣ ਸਨਮਾਨ ਬੜਾ ਕਰਦਾ, ਆਪਣੇ ਵੱਲੋਂ ਸਿਰੋਂ ਪਾਉ ਪਾ ਕੇ ਦਸਤਾਰ ਬੰਦੀਆਂ ਕਰੀ ਜਾਂਦਾ। ਪਤਾ ਇਹਨੂੰ ਵੀ ਮੈਨੂੰ ਗੁਰੂ ਪਿਤਾ ਕੁਝ ਨਹੀਂ ਆਖਦੇ, ਸਾਰੀ ਮਾਇਆ ਦਾ ਕਰਤਾ ਧਰਤਾ ਬਾਬਾ ਪ੍ਰਿਥੀ ਚੰਦ ਹੈ, ਕਿਸੇ ਨੂੰ ਦੇਵੇ ਸੁੱਟੇ ਅੱਗ ਲਾਵੇ ਕੋਈ ਹਿਸਾਬ ਨਹੀਂ ਮੰਗਦਾ। ਇਸੇ ਚੀਜ਼ ਦਾ ਫਾਇਦਾ ਉਠਾ ਪ੍ਰਿਥੀ ਚੰਦ ਜੀ ਨੇ ਸੰਗਤਾਂ ਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕੀਤਾ। ਆਪਣੇ ਕੁਝ ਮਸੰਦ ਨੇੜੇ ਕੀਤੇ ਹੋਏ ਆ ਜਿਹੜੇ ਵਾਰ ਵਾਰ ਕਹਿੰਦੇ ਆ ਵੀ ਸਤਿਗੁਰਾਂ ਦੀ ਗੱਦੀ ਦੇ ਵਾਰਸੇ ਹੋਣ, ਜੋ ਸੰਗਤਾਂ ਨੂੰ ਮੋਟੀਵੇਟ ਕਰਦੇ ਹੁੰਦੇ। ਪਰ ਗੁਰੂ ਰਾਮਦਾਸ ਪਾਤਸ਼ਾਹ ਦੀ ਚੁੱਪੀ, ਉਹਨੂੰ ਬਿਰਲੇ ਸਿੱਖ ਜਾਣਦੇ ਨੇ ਬਾਬਾ ਬੁੱਢਾ ਜੀ ਵਰਗੇ, ਵੀ ਸਤਿਗੁਰਾਂ ਕਦੇ ਪ੍ਰਿਥੀ ਚੰਦ ਦੇ ਹੱਕ ਚ ਕੋਈ ਬਿਆਨ ਹੀ ਨਹੀਂ ਦਿੱਤਾ, ਇਹ ਗਲਤ ਕਰਦਾ ਤਾਂ ਕੁਝ ਨਹੀਂ ਕਹਿੰਦੇ, ਇਹ ਚੰਗਾ ਕਰਦਾ ਤਾਂ ਕੁਝ ਨਹੀਂ ਕਹਿੰਦੇ। ਇੱਕੋ ਸਪਸ਼ਟ ਗੱਲ ਹੈ, ਜੋ ਸਾਡਾ ਹੈ ਨਹੀਂ, ਜਿਹਨੂੰ ਅਸੀਂ ਪਿਆਰ ਨਹੀਂ ਕਰਦੇ ਸੁਭਾਵਿਕ ਹੈ ਉਹ ਦੁਨੀਆਂ ਚ ਮਹਿੰਗੇ ਕੱਪੜੇ ਪਾਵੇ ਭਾਵੇ ਸਸਤੇ ਪਾਵੇ, ਉਹ ਕੁਝ ਰੱਖੇ ਭਾਵੇ ਗਵਾਵੇ, ਸਾਨੂੰ ਫਰਕ ਨਹੀਂ ਪੈਂਦਾ, ਉਹਦੇ ਹੱਸਣ ਦਾ ਫਰਕ ਨਹੀਂ ਹੁੰਦਾ, ਉਹਦੇ ਰੋਣ ਦਾ ਫਰਕ ਨਹੀਂ ਹੁੰਦਾ। ਹੁਣ ਬਾਬਾ ਪ੍ਰਿਥੀ ਚੰਦ ਮਾਇਆ ਉਡਾਉਂਦੇ ਆ, ਪਖੰਡ ਕਰਦੇ ਆ, ਗੁਰੂ ਪਾਤਸ਼ਾਹ ਨੂੰ ਕੋਈ ਫਰਕ ਨਹੀਂ, ਜੇ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਮੋਹਰੀ ਬਣ ਕੇ ਸੇਵਾ ਦਾ ਦਿਖਾਵਾ ਕਰਦਾ ਤੇ ਫਰਕ ਮਰਦ ਨੂੰ ਫਿਰ ਵੀ ਕੋਈ, ਕਿਉਂਕਿ ਗੁਰੂ ਅੰਦਰ ਨੂੰ ਪ੍ਰੀਤ ਕਰਦੇ ਆ। ਪਰ ਪ੍ਰਿਥੀ ਚੰਦ ਦਾ ਅੰਦਰ ਬੜਾ ਮੈਲਾ ਹੈ। ਬੋਲਤ ਕੋ ਸਨਮਾਨਤ ਘਣੇ, ਲੋਕਾਂ ਨੇ ਪ੍ਰਿਥੀ ਚੰਦ ਜੀ ਤੋਂ ਕੰਮ ਲੈਣਾ ਸ਼ੁਰੂ ਕਰਤਾ, ਦੁਨੀਆਂ ਤੇ ਇੱਥੋਂ ਤੱਕ ਹੀ ਸੀਮਤ ਹੋ ਗਈ ਵੀ ਬਾਬਾ ਪ੍ਰਿਥੀ ਚੰਦ ਜੀ ਦਾ ਕਿਹਾ ਕੋਈ ਵੀ ਨਹੀਂ ਬੋਲਦਾ, ਕਿਸੇ ਦਾ ਕੋਈ ਕੰਮ ਹੁੰਦਾ ਕਿਸੇ ਦਾ ਕੋਈ ਕੰਮ ਹੁੰਦਾ। ਸਰਕਾਰੀ ਦਰਬਾਰੇ ਪ੍ਰਿਥੀ ਚੰਦ ਜੀ ਦੀ ਠੁੱਕ ਬਣ ਗਈ ਕਿ ਉਹ ਠੁੱਕ ਹੈ ਜਿਸ ਕਰਕੇ ਪ੍ਰਿਥੀ ਚੰਦ ਸੁਲਹੀ ਖਾਂ ਤੇ ਸੁਲੱਭੀ ਖਾਂ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਦੇ ਵਿਰੁੱਧ ਲੜਦਾ ਸੀ। ਚੜਤ ਹੋ ਗਈ, ਇੰਨੀ ਚੱਲਣ ਲੱਗ ਗਈ ਇਹਦੀ ਸਰਕਾਰੀ ਦਰਬਾਰੇ, ਲੋਕੀ ਜਾਣਦੇ ਸੀ ਪ੍ਰਿਥੀ ਚੰਦ ਨੂੰ, ਮਾਫ ਕਰਿਓ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਇਸ ਵਕਤ ਸਰਕਾਰੀ ਦਰਬਾਰੇ ਨਹੀਂ ਸੀ ਕੋਈ ਜਾਣਦਾ। ਲੋਕੀ ਕਿਹਦਾ ਨਾ ਜ਼ਿਆਦਾ ਜਾਣਦੇ ਆ, ਜਿਹੜਾ ਸਭ ਤੋਂ ਵੱਧ ਚਮਚਾ ਗਈ ਕਰੇ,
ਚਮਚਿਆਂ ਦੀ ਉਹ ਪਛਾਣ ਹੁੰਦੀ ਆ, ਫਲਾਣਾ ਫਲਾਣੀ ਪਾਰਟੀ ਦਾ ਚਮਚਾ, ਫਲਾਣਾ ਫਲਾਣੇ ਮੰਤਰੀ ਦਾ ਚਮਚਾ, ਫਲਾਣਾ ਫਲਾਣੇ ਅਫਸਰ ਦਾ ਚਮਚਾ। ਵੇਖੋ ਚਮਚਿਆਂ ਦਾ ਨਾਮ ਜ਼ਰੂਰ ਹੁੰਦਾ ਏ, ਪਰ ਵਿਆਹਾਂ ਤੋਂ ਬਾਅਦ ਕਿਸੇ ਦੇ ਵਿਆਹ ਹੁੰਦਾ। ਡਸਟਬਿਨ ਭਰਿਆ ਹੁੰਦਾ ਚਮਚਿਆਂ ਦਾ, ਉਹਨਾਂ ਦੀ ਪਛਾਣ ਕੋਈ ਨਹੀਂ ਕਰਦਾ। ਸਤਨਾਮ ਵਰਤ ਵਰਤ ਲੋਕੀ ਸੁੱਟ ਜਾਂਦੇ ਆ ਚਮਚਿਆਂ ਦਾ ਜੀਵਨ ਐਸਾ ਏ, ਜਮਾਨਾ ਵਰਤ ਕੇ ਸੁੱਟ ਜਾਂਦਾ, ਉਹ ਚਮਚੇ ਚਮਚੇ ਰਹਿ ਜਾਂਦੇ, ਕੁਛ ਨਹੀਂ ਬਣਦਾ। ਹੁਣ ਪ੍ਰਿਥੀ ਚੰਦ ਦੀਆਂ ਚਮਚਾ ਗਿਰੀਆਂ ਕਰਨ ਵਾਲੇ ਉਹ ਚਮਚੇ ਹੀ ਨਹੀਂ, ਉਹ ਕਿਹੜਾ ਨਾਮ ਕਰਦੇ ਆ, ਉਹ ਆਪਣੇ ਕੰਮ ਸਿੱਧੇ ਕਰ ਰਹੇ ਆ। ਤੇ ਪ੍ਰਿਥੀ ਚੰਦ ਜੀ ਨੂੰ ਮਾਣ ਹੁੰਦਾ ਵੀ ਮੇਰਾ ਸਤਿਕਾਰ ਵੱਧ ਗਿਆ, ਮੇਰੇ ਭਰਾ ਨੂੰ ਹੁਣ ਨਹੀਂ ਕੋਈ ਜਾਣਦਾ ਕਿਉਂਕਿ ਮੇਰਾ ਹੀ ਪਸੰਦ। ਜਿੰਨੀਆਂ ਸੰਗਤਾਂ ਨੇ ਦੂਰੋਂ ਆਉਣਾ ਭੱਜ ਭੱਜ ਸੇਵਾ ਕਰਾਉਣੀ। ਹੁਣ ਵੇਖੋ ਜੀ ਜਿਹੜਾ ਸਾਡੀ ਸੇਵਾ ਕਰਦਾ, ਆਪਾਂ ਕਿਤੇ ਜਾਈਏ ਕਿਸੇ ਦੇ ਘਰੇ ਜਾਈਏ, ਕੋਈ ਸਾਡੀ ਆਓ ਭਗਤ ਕਰਦਾ ਸਾਡੇ ਅੱਗੇ ਪਿੱਛੇ ਫਿਰਦਾ, ਅਸੀਂ ਪਹਿਲ ਦੇ ਆਧਾਰ ਤੇ ਉਸੇ ਬੰਦੇ ਦੀ ਵਡਿਆਈ ਕਰਾਂਗੇ ਵੀ ਉਹ ਬੰਦਾ ਬਹੁਤ ਚੰਗਾ ਹੈ, ਉਹਦੇ ਪਰਿਵਾਰ ਜਿਹੋ ਜਿਹਾ ਮਰਜ਼ੀ ਕੋਈ ਹੋਵੇ, ਪਰ ਯਾਰ ਉਹ ਬੜੇ ਪਿਆਰ ਨਾਲ ਮਿਲਦਾ, ਬੜੀ ਇੱਜ਼ਤ ਕਰਦਾ। ਹੁਣ ਬਾਬਾ ਪ੍ਰਿਥੀ ਚੰਦ ਦੀ ਵਡਿਆਈ ਸਿੱਖ ਕਰਦੇ ਆ, ਕਿਸੇ ਨੇ ਅੰਦਰ ਚੀਰ ਕੇ ਥੋੜਾ ਵੇਖਿਆ ਵੀ ਮਨ ਚ ਕੀ ਕਰਦਾ, ਬਾਹਰੋਂ ਤੇ ਹੱਥ ਜੋੜੀ ਕਰਦਾ, ਭੱਜ ਭੱਜ ਕੇ ਫਿਰਦਾ ਵੀ ਇਹ ਸੰਗਤਾਂ ਸਤਿਗੁਰਾਂ ਨੂੰ ਸਿਫਾਰਿਸ਼ ਕਰਨਗੀਆਂ ਇੱਕ ਦਿਨ, ਮਹਾਰਾਜ ਪ੍ਰਿਥੀ ਚੰਦ ਆਪ ਜੀ ਦੇ ਬਹੁਤ ਕਰੀਬ ਹੈ, ਤੁਹਾਡੀ ਬਹੁਤ ਸੇਵਾ ਕਰਦਾ ਹੈ, ਇਹਦੇ ਤੇ ਕਿਰਪਾ ਕਰਦੇ ਹੋ। ਸ੍ਰੀ ਅਰਜਨ ਕੋ ਸਿਮਰੈ ਨਾਨਨ, ਕਬ ਪਰ ਸੰਗਤ ਕਰਨ ਸਰਹਿਨਾ। ਹੁਣ ਪ੍ਰਿਥੀ ਚੰਦ ਜੀ ਬਹੁਤ ਖੁਸ਼ ਰਹਿੰਦੇ ਆ, ਉਹਨਾਂ ਦੀ ਖੁਸ਼ੀ ਦਾ ਕਾਰਨ ਵੀ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਛੋਟੇ ਪੁੱਤਰ ਨੂੰ ਭੁਲਾ ਦਿੱਤਾ ਹੈ, ਮੈਂ ਨੇੜੇ ਰਹਿਣਾ ਇਸ ਕਰਕੇ ਮੈਂ ਯਾਦ, ਦੂਰ ਰਹਿਣ ਵਾਲਿਆਂ ਨੂੰ ਕੌਣ ਯਾਦ ਰੱਖਦਾ, ਵੀ ਸਤਿਗੁਰਾਂ ਦੀ ਗੁੱਡ ਬੁੱਕ ਵਿੱਚ ਮੈਂ ਆ ਗਿਆ, ਸੱਚੇ ਪਾਤਸ਼ਾਹ ਮੇਰੇ ਹਾਲਾਤਾਂ ਨੂੰ ਵੇਖਦੇ ਆ, ਮੇਰਾ ਪ੍ਰੇਮ ਵੇਖਦੇ ਆ, ਮੈਂ 24 ਘੰਟੇ ਸਤਿਗੁਰਾਂ ਦੇ ਕੋਲੇ ਆ। ਤੇ ਇਹ ਗੱਲ ਦਾ ਧਿਆਨ ਵੀ ਰੱਖਦਾ ਵੀ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਕਿਤੇ ਬਾਬਾ ਬੁੱਢਾ ਜੀ ਕਿਸੇ ਸਿੱਖ ਕੋਲ ਗੁਰੂ ਅਰਜਨ ਦੇਵ ਮਹਾਰਾਜ ਦੀ ਗੱਲ ਨਹੀਂ ਕਰਦੇ, ਸੁਹਾ ਵੀ ਰੱਖਦਾ ਵੀ ਕਿਤੇ ਸਤਿਗੁਰ ਬੁਲਾਉਣਾ ਤੇ ਨਹੀਂ ਚਾਹੁੰਦੇ ਉਹਨਾਂ ਨੂੰ ਇੱਥੇ, ਵੀ ਹਾਂ ਅਜੇ ਉਹ ਇੱਕ ਸਾਈਡ ਨੇ, ਉਹਨਾਂ ਦੀ ਗੱਲ ਨਹੀਂ ਹੁੰਦੀ। ਤੇ ਸਮਾਜ ਜਿਹਦੀ ਗੱਲ ਨਹੀਂ ਕਰਦਾ, ਲੋਕਾਂ ਨੂੰ ਲੱਗਦਾ ਵੀ ਉਹ ਹੁਣ ਗਾਇਬ ਹੈ। ਆਮ ਗੱਲਾਂ ਸੁਣੀਆਂ ਹੋਣੀਆਂ, ਫਲਾਣਾ ਕਲਾਕਾਰ ਮਾਰਕੀਟ ਚੋਂ ਗਾਇਬ, ਫਲਾਣਾ ਸਾਧ ਜਿਹੜਾ ਕਦੇ ਬੜਾ ਮਸ਼ਹੂਰ ਸੀ ਅੱਜ ਮਾਰਕੀਟ ਵਿੱਚ ਹੈ ਨਹੀਂ, ਕਿੱਥੇ ਹੈ, ਗਾਇਬ। ਫਲਾਣਾ ਲੀਡਰ ਬੜਾ ਚਮਕਦਾ ਦਮਕਦਾ ਹੁੰਦਾ ਸੀ, ਅੱਜ ਕਿੱਥੇ ਹੈ, ਰਾਜਨੀਤੀ ਤੋਂ ਗਾਇਬ, ਇੱਕ ਪਾਸੇ ਦੂਰ ਹੋ ਗਿਆ, ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ। ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਵਿਰੁੱਧ ਘੜੀਆਂ ਸਾਜ਼ਿਸ਼ਾਂ ਘੜੀਆਂ, ਕਹਿੰਦੇ ਉਹਨਾਂ ਦਾ ਇੱਥੇ ਕੀ ਕੰਮ ਹੈ, ਇੱਥੇ ਕੋਈ ਕੰਮ ਨਹੀਂ। ਵਧੀਆ ਪਿਤਾ ਗੁਰੂ ਜੀ ਨੇ ਉਹਨਾਂ ਨੂੰ ਧਰਮਸ਼ਾਲਾ ਚ ਭੇਜਿਆ, ਨਾਮ ਜਪਦੇ ਜਪਾਉਂਦੇ ਨੇ, ਬੜੀ ਖੁਸ਼ੀ ਦੀ ਗੱਲ ਹੈ, ਸੰਗਤਾਂ ਜੋੜਦੇ ਹਨ। ਸਭ ਪ੍ਰਿਥੀ ਤੇ ਕਰਕੇ ਤਰਾਸ, ਇਸੇ ਸਰਾਹੇ ਸੁਗਨ ਪ੍ਰਕਾਸ਼। ਪ੍ਰਿਥੀ ਚੰਦ ਜੀ ਦਾ ਡਰ ਲੋਕਾਂ ਚ ਬਣਨਾ ਸ਼ੁਰੂ ਹੋ ਗਿਆ, ਸੰਗਤਾਂ ਤੇ ਦਬਦਬਾ ਕਾਇਮ ਰੱਖਦਾ, ਇਸੇ ਕਰਕੇ ਹੁਣ ਜਮਾਨਾ ਜੀ ਤੋਂ ਡਰਦਾ ਹੁੰਦਾ, ਉਹਦੀ ਵਡਿਆਈ ਬਹੁਤ ਕਰਦਾ। ਦੁਨੀਆ ਤੁਹਾਡਾ ਕੋਈ ਕੁਛ ਨਹੀਂ ਵਿਗਾੜਦਾ, ਤੁਸੀਂ ਆਪਣੇ ਡਰਾਂ ਤੋਂ ਡਰ ਡਰ ਕੇ ਲੋਕਾਂ ਦੀ ਸਿਫਤਾਂ ਕਰੀ ਜਾਂਦੇ, ਵੀ ਜਦ ਜੇ ਉਹਨੂੰ ਸੱਚੀ ਗੱਲ ਕਹਿਤੀ ਵਰਤਣੋਂ ਹਟ ਜੂ, ਜੇ ਉਹ ਵਰਤਣਾ ਛੱਡ ਗਿਆ ਸਾਡਾ ਫਲਾਣਾ ਕੰਮ ਰੁਕ ਜੂ, ਡਰਦਾ ਤੇ ਉਹ ਜਿਹੜੇ ਪਾਪ ਤੋਂ। ਕਹਿੰਦੇ ਸੰਗਤਾਂ ਦੇ ਵਿੱਚੋਂ ਕਈ ਸਿੱਖ ਪ੍ਰਿਥੀ ਚੰਦ ਤੋਂ ਡਰਦੇ ਨੇ, ਇਹਨਾਂ ਦਾ ਭੈ ਰੱਖਦੇ ਨੇ, ਡਰਦੇ ਇਸ ਕਰਕੇ ਨੇ ਵੀ ਜੇ ਕੱਲ੍ਹ ਗੁਰਗੱਦੀ ਤੇ ਬਹਿ ਗਏ, ਅੱਜ ਅਸੀਂ ਇਹਨਾਂ ਨਾਲ ਊਚ ਨੀਚ ਕਰਾਂਗੇ, ਅਸੀਂ ਮੂਠੀ ਨੂੰ ਖਾਵਾਂਗੇ। ਇੱਕ ਕਸਵੱਟੀ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਹੁਤ ਵੱਡੀ, ਜੋ ਸਿੱਖ ਵੀ ਸਮਝ ਸਕੇ ਨਾ, ਉੱਤਰ ਪਰਖ ਬੇਹਿਤ ਕੇ ਕਾਲ, ਨਹਿ ਕਹਿ ਭੇਜਿਓ ਕਬੈ ਕਿਰਪਾਲ। ਸਤਿਗੁਰੂ ਇਕੱਲੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਨਹੀਂ ਪਰਖ ਰਹੇ, ਪਰਖ ਉਹਨੂੰ ਵੀ ਰਹੇ ਆ ਜਿਹੜਾ ਸਾਹਮਣੇ ਦਿਖਾਵੇ ਕਰਦਾ ਹੁੰਦਾ। ਦੋਨੇ ਪੁੱਤਰਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਖ ਦੀ ਕਸਵੱਟੀ ਲਾਈ ਹੋਈ ਹੈ, ਪਰ ਮਜ਼ਾਲ ਹੈ ਕਿਸੇ ਨੂੰ ਭੁਲੇਖਾ ਵੀ ਪੈ ਗਿਆ ਹੋਵੇ, ਕਦੇ ਵਹਿਮ ਵੀ ਹੋਇਆ ਹੋਵੇ ਵੀ ਮਰਦ ਪਰਖਦੇ ਆ, ਕਸਵੱਟੀ ਦਾ ਨੀ ਪਤਾ ਲੱਗਦਾ। ਇਸ ਪਰਖ ਦੀ ਕਸਵੱਟੀ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਬਹੁਤ ਭੋਲੇ ਨੇ, ਕਿਉਂਕਿ ਉਹ ਰਾਜਨੀਤੀ ਨਹੀਂ ਕਰਦੇ, ਉਹ ਚਲਾਕੀ ਨਹੀਂ ਵਰਤਦੇ, ਉਹ ਕੇਵਲ ਗੁਰੂ ਪਿਤਾ ਦੇ ਪ੍ਰੇਮ ਦੇ ਬੰਧੇ ਹੋਏ ਆ, ਉਹਨਾਂ ਨੂੰ ਮਾਇਆ ਨਾਲ ਕੋਈ ਮਤਲਬ ਨਹੀਂ, ਪਦਾਰਥਾਂ ਨਾਲ ਕੋਈ ਮਤਲਬ ਨਹੀਂ, ਸੰਗਤ ਕੀ ਦੇ ਕੇ ਜਾਂਦੀ ਹੈ, ਕਿਉਂ ਦੇ ਕੇ ਜਾਂਦੀ, ਕਦੇ ਉਹਨਾਂ ਨੇੜੇ ਹੋ ਕੇ ਵੀ ਸੋਚਿਆ।
ਸੇਵ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਕਿਤੇ ਮਾਇਆਵਰ ਨਹੀਂ ਵੇਖਿਆ ਤੇ ਤਾਂ ਹੀ ਕਿ ਪ੍ਰਿਥੀ ਕੰਦ ਜੇ ਪੰਡ ਬੰਨ ਕੇ ਵੀ ਲੈ ਜਾਂਦਾ ਸੀ ਮਹਾਰਾਜ ਨੇ ਰੋਕੇ ਕਦੇ ਸਿੱਖ ਗਿਲਾ ਕਰਦੇ ਸੀ ਮਹਾਰਾਜ ਕਿਉਂ ਨੀ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਤੇ ਜ਼ਹਿਰ ਆ ਜਿਹੜਾ ਮਰਜ਼ੀ ਲੈ ਜੇ ਸਤਨਾਮ ਕੱਲਾ ਖਾਲੂਗਾ ਉਹ ਭੁਗਤ ਲੂਗਾ ਹੋਰਾਂ ਨੂੰ ਵੰਡ ਦੂਗਾ ਭੁਗਤ ਲੂਗਾ ਜਿਹੜੇ ਸਾਧੂ ਮਹਾਤਮਾ ਨੇ ਬੰਦਗੀ ਵਾਲੇ ਮਹਾਂਪੁਰਸ਼ ਨੇ ਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਗੁਰੂ ਘਰ ਦੀ ਮਾਇਆ ਉਹ ਕਹਿੰਦੇ ਬਾਈ ਹੱਥ ਜੋੜੇ ਤੇਰੇ ਅੱਗੇ ਜ਼ਹਿਰ ਅਸੀਂ ਆਪ ਤੇ ਆਪਣੇ ਪਰਿਵਾਰ ਨੂੰ ਵੀ ਦੇ ਸਕਦੇ ਕਦੇ ਨਹੀਂ ਦੇ ਸਕਦੇ ਬਾਜਾ ਵਾਲੇ ਸਤਿਗੁਰਾਂ ਨੇ ਤਿੰਨੇ ਅਰਬ ਦਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਸੁੱਟਤਾ ਸਿੱਖ ਭੁੱਖੇ ਸੀ ਪੱਤੇ ਖਾ ਰਹੇ ਸੀ ਜੀ ਉਹ ਚਾਹੁੰਦੇ ਸਮੇਂ ਦੀਆਂ ਹਕੂਮਤਾਂ ਨੂੰ ਪੈਸਾ ਦੇ ਕੇ ਖਰੀਦ ਸਕਦੇ ਸੀ ਫੌਜਾਂ ਤੋਂ ਜੋ ਮਰਜ਼ੀ ਲੈ ਸਕਦੇ ਸੀ ਉਦੋਂ ਕਿਹੜਾ ਰਿਸ਼ਵਤ ਨਹੀਂ ਸੀ ਸਭ ਕੁਝ ਚੱਲਦਾ ਸੀ ਮਾਇਆ ਸੁੱਟੋ ਸਰਕਾਰਾਂ ਤੁਹਾਡੇ ਟੈਰੀ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਸਿੰਘਾਂ ਨੇ ਸੱਚੇ ਪਾਤਸ਼ਾਹ ਇੰਨੀ ਮਾਇਆ ਹੋਣ ਦੇ ਬਾਵਜੂਦ ਪੱਤੇ ਖਾਣੇ ਪੈ ਗਏ ਸਤਿਗੁਰੂ ਕਹਿੰਦੇ ਵੇਖੋ ਮੈਂ ਆਪਣੇ ਪੁੱਤ ਖਾਲਸੇ ਨੂੰ ਕਦੇ ਹੱਥੀ ਜਹਿਰ ਨਹੀਂ ਦੇ ਸਕਦਾ ਕੋਈ ਮਾਂ ਨਹੀਂ ਦੇ ਸਕਦਾ ਇਹ ਸੰਗਤਾਂ ਦੀ ਚੜੀ ਹੋਈ ਮਾਇਆ ਕੀ ਕਰੇਗੀ ਪਹਿਲਾਂ ਬੁੱਧੀ ਭ੍ਰਿਸ਼ ਫਿਰ ਖਾਨਾ ਖਰਾਬ ਫਿਰ ਸਤਨਾਮ ਕਦੇ ਨੋਟ ਕਰਕੇ ਵੇਖਿਓ ਜਿਹਨਾਂ ਕੋਲੇ ਜ਼ਹਿਰ ਗਈ ਹੈ ਉਹਨਾਂ ਦੇ ਪਰਿਵਾਰਾਂ ਦੇ ਹਾਲ ਵੇਖਿਓ ਬੱਚੇ ਮੰਦ ਰੂਹੀ ਘੱਟ ਮੋਟੇ ਦਿਮਾਗ ਕਿਉਂ ਨੇ ਜ਼ਹਿਰ ਦਾ ਪ੍ਰਭਾਵ ਹੁਣ ਬਾਬਾ ਪ੍ਰਿਥੀ ਚੰਦ ਉਹ ਮਾਇਆ ਲੈ ਕੇ ਜਾਂਦਾ ਤੇ ਗੁਰੂ ਪਾਤਸ਼ਾਹ ਨੇ ਕਦੇ ਰੋਕਿਆ ਹੀ ਨਹੀਂ ਸੀ ਤੇ ਫਿਰ ਉਹ ਮਾਇਆ ਦਾ ਅਸਰ ਆਉਣ ਵਾਲੇ ਸਮੇਂ ਚ ਪ੍ਰਿਥੀ ਚੰਦ ਜੀ ਦੇ ਪੁੱਤਰ ਤੇ ਵੀ ਹੋਣਾ ਹੈ ਘਰ ਵਾਲੀ ਦੇ ਵੀ ਹੋਣਾ ਬੰਦਾ ਜਿਹੋ ਜੀ ਕਮਾਈ ਆਪਣੇ ਘਰ ਲੈ ਕੇ ਜਾਂਦਾ ਹੈ ਉਹਦੀ ਔਲਾਦ ਉਹਦੇ ਪਰਿਵਾਰ ਵਿੱਚ ਉਹ ਅੰਸ਼ ਵੇਖੀ ਜਾਂਦੀ ਹੈ ਜੇ ਕੋਈ ਪਾਪ ਦੀ ਕਮਾਈ ਲੈ ਕੇ ਜਾਂਦਾ ਘਰ ਭਾਵੇਂ ਕੋਈ ਜਿੰਨਾ ਮਰਜ਼ੀ ਪਾਠ ਕਰੇ ਰੰਗ ਤੇ ਦਿਸਦਾ ਹੀ ਹੈ ਉਹਦੀ ਔਲਾਦ ਵਿੱਚ ਦਿਸੀ ਜਾਂਦਾ ਕਿ ਇਹ ਪਾਪ ਦੀ ਕਮਾਈ ਖਾਂਦੇ ਆ ਦੋ ਨੰਬਰ ਦਾ ਕੰਮ ਕਰਦੇ ਆ ਤੇ ਜੇ ਕਿਸੇ ਦੇ ਘਰ ਕਿਰਤ ਦੀ ਕਮਾਈ ਆ ਨਾ ਉਹਦਾ ਵੀ ਅਸਰ ਰੰਗ ਦਿਸਦਾ ਹੈ ਹੁਣ ਇੱਥੇ ਜਿਹੜੀ ਇਹ ਮਾਇਆ ਆਉਂਦੀ ਸੀ ਗੁਰੂ ਰਾਮਦਾਸ ਮਰਦ ਨੇ ਕਦੇ ਹੱਥ ਹੀ ਨਹੀਂ ਲਾਇਆ ਕਦੇ ਕਿਸੇ ਸਿੱਖ ਨੂੰ ਵੀ ਨਹੀਂ ਆਖਿਆ ਤੁਸੀਂ ਹਿਸਾਬ ਕਿਤਾਬ ਰੱਖੋ ਜਦੋਂ ਹਿਸਾਬ ਕਿਤਾਬ ਬਾਬਾ ਪ੍ਰਿਥੀ ਚੰਦ ਕੋਲ ਆ ਗਿਆ ਉਹਨੂੰ ਲੱਗਣ ਲੱਗਿਆ ਵੀ ਮੈਨੂੰ ਕੋਈ ਪੁੱਛ ਹੀ ਨਹੀਂ ਸਕਦਾ ਮੈਨੂੰ ਪੁੱਛਣ ਵਾਲਾ ਕੌਣ ਹੈ ਪਿਤਾ ਗੁਰੂ ਮੇਰੇ ਤੇ ਮਾਣ ਕਰਦੇ ਆ ਪਰ ਇਹ ਨਹੀਂ ਸੀ ਜਾਣਦਾ ਪਿਤਾ ਪਰਖਦੇ ਆ ਦੁਨੀਆਂ ਦਾ ਸਿਆਣਾ ਮਾਂ ਬਾਪ ਆਪਣੇ ਬੱਚਿਆਂ ਨੂੰ ਪਰਖਦਾ ਹੈ ਵੱਧ ਮਾਇਆ ਡਰੋਲ ਵਿੱਚ ਰੱਖ ਰੱਖ ਵੇਖਦੇ ਕਿੰਨੇ ਲੈ ਕੇ ਜਾਂਦੇ ਟੇਬਲਾਂ ਤੇ ਗੱਡੀਆਂ ਦੀਆਂ ਚਾਬੀਆਂ ਰੱਖ ਰੱਖ ਵੇਖਦੇ ਵੀ ਕਦੋਂ ਮਰਜ਼ੀ ਨਾਲ ਚੁੱਕਦਾ ਤੇ ਕਦੋਂ ਮੁੜਦਾ ਇੱਥੋਂ ਤੱਕ ਮੈਂ ਵੇਖਿਆ ਸ਼ਰਾਬਾਂ ਦੀਆਂ ਬੋਤਲਾਂ ਰੱਖ ਰੱਖ ਮਾਂ ਬਾਪ ਨੇ ਬੱਚਿਆਂ ਨੂੰ ਪਰਖਿਆ ਵੀ ਕਿਤੇ ਪੀਂਦੇ ਤਾਂ ਨਹੀਂ ਹੱਥ ਦੇ ਨਹੀਂ ਲਾਉਂਦੇ ਮਨ ਚ ਤੇ ਨਹੀਂ ਆਉਂਦਾ ਵੀ ਪਿਓ ਪੀਂਦਾ ਸੀ ਪੀ ਲਾਂਗੇ ਤਾਂ ਕੀ ਹੋਇਆ ਸਿਆਣੇ ਮਾਂ ਬਾਪ ਹਮੇਸ਼ਾ ਆਪਣੇ ਬੱਚਿਆਂ ਨੂੰ ਪਰਖਦੇ ਨੇ ਚੋਰੀ ਤੇ ਨਹੀਂ ਕਰਦੇ ਮਾੜੀ ਸੰਗਤ ਵਿੱਚ ਤਾਂ ਨਹੀਂ ਪੈਂਦੇ ਤੇ ਫਿਰ ਜਿਹੜੇ ਪਰਖਦੇ ਆ ਔਲਾਦ ਉਹਨਾਂ ਦੀ ਹੀ ਅਕਸਰ ਚੰਗੀ ਨਿਕਲਦੀ ਹੈ ਤੇ ਜਿਹੜੇ ਕਹਿੰਦੇ ਆ ਨਾ ਪੁੱਤ ਚੱਕਦੇ ਫੱਟੇ ਕੋਈ ਨੀ ਫਿਰ ਉਹ ਫੱਟੇ ਇਹੋ ਜਿਹੇ ਚੱਕਦੇ ਆ ਬੁਢਾਪੇ ਚ ਰੋਂਦੇ ਫਿਰਦੇ ਕਹਿੰਦੇ ਯਾਰ ਹੁਣ ਕੀ ਕਰੀਏ ਮੈਂ ਕਿਹਾ ਉਹੀ ਫੱਟੇ ਆ ਜਿਹੜੇ ਜਵਾਨੀ ਚ ਚੱਕਦਾ ਸੀ ਸਾਰਾ ਉਹਨਾਂ ਤੇ ਤੂੰ ਵੀ ਖੜਾ ਸੀ ਉਹਨਾਂ ਚੁੱਕ ਦਿੱਤੇ ਹੁਣ ਤੂੰ ਡਿੱਗ ਪਏ ਆ ਹੁਣ ਬਿਰਧ ਆਸ਼ਰਮ ਤੋਂ ਬਿਨਾਂ ਤੈਨੂੰ ਕੁਛ ਮਾਰਦਾ ਇਨਸਾਨ ਜਿਹਨੂੰ ਪਿਆਰ ਕਰਦਾ ਉਹਦੇ ਤੇ ਲਿਮਿਟੇਸ਼ਨ ਰੱਖਦਾ ਪਤੀ ਹੋਵੇ ਪਤਨੀ ਹੋਵੇ ਧੀ ਹੋਵੇ ਪੁੱਤ ਮਿੱਤਰ ਹੋਵੇ ਯਾਰ ਹੋਵੇ ਤੁਸੀਂ ਜਿਹਦੇ ਨਾਲ ਮੁਹੱਬਤ ਨਹੀਂ ਕਰਦੇ ਪਹਿਲਾਂ ਵੀ ਇਤਿਹਾਸ ਚ ਕਵੀ ਜੀ ਨੇ ਜ਼ਿਕਰ ਕਰ ਦਿੱਤਾ ਪਿਛਲੇ ਪ੍ਰਸੰਗ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਉਹ ਕੀ ਪਾਉਂਦਾ ਹੈ ਕੀ ਖਾਂਦਾ ਹੈ ਕਿੱਥੇ ਰਹਿੰਦਾ ਤੇ ਜਿਹਦੇ ਨਾਲ ਫਰਕ ਪੈਂਦਾ ਹੈ ਮਜ਼ਾਲਾ ਤੁਸੀਂ ਉਹਨੂੰ ਇੱਕ ਕਦਮ ਵੱਧ ਚੱਲਣ ਦਾ ਭਾਈ ਇੱਥੇ ਨਹੀਂ ਖੜਨਾ ਇੱਥੇ ਖੜ ਕੇ ਆਹ ਗੱਲ ਨਹੀਂ ਕਰਨੀ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਇਹੋ ਜਿਹਾ ਖਾਣਾ ਨਹੀਂ ਖਾਣਾ ਇਹੋ ਜਿਹੀ ਸੰਗਤ ਵਿੱਚ ਨਹੀਂ ਬਹਿਣਾ ਇਹ ਫਿਕਰ ਗੁਰੂ ਰਾਮਦਾਸ ਮਹਾਰਾਜ ਫਿਕਰ ਕਰਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਿਖਾਉਂਦੇ ਨਹੀਂ ਸੀ ਕਿਉਂਕਿ ਤਸਵਰਦੀ ਹੈ ਤੇ ਜਦੋਂ ਸਤਿਗੁਰਾਂ ਦਾ ਮਨ ਵਿੱਚ ਖਿਆਲ ਆਉਂਦਾ ਤੇ ਮਹਾਰਾਜ ਬਾਬਾ ਬੁੱਢਾ ਵੀ ਨਾ ਜਾਂ ਚੇਤੇ ਕਰਦੇ ਸੀ ਪਰ ਪ੍ਰਿਥੀ ਚੰਦ ਜੀ ਨੂੰ ਲੱਗਦਾ ਸੀ ਪਿਤਾ ਮੈਨੂੰ ਪੁੱਛਦੇ ਨਹੀਂ ਇਸ ਕਰਕੇ ਬਾਪੂ ਜੀ ਪਿਆਰ ਕਰਦੇ ਭੁਲੇਖਾ ਜੇ ਮਾਂ ਬਾਪ ਬੱਚਿਆਂ ਨੂੰ ਪੁੱਛਣਾ ਛੱਡਦੇ ਹਨ ਸਮਝੋ ਉਹ ਆਪਣੇ ਆਪ ਨੂੰ ਪਿਆਰ ਕਰਦੇ ਆ ਪੰਜ ਪੰਜ ਸੱਤ ਸੱਤ ਸਾਲ ਦੇ ਬੱਚਿਆਂ ਨੂੰ ਕਦੇ ਪਿਆਰ ਨਹੀਂ ਉਹਨਾਂ ਨੇ ਉਹਨਾਂ ਨੂੰ ਆਪਣੇ ਆਪ ਪਿਆਰ ਉਹ ਆਪਣੇ ਆਪ ਨੂੰ ਅੱਗੇ ਰੱਖਦੇ ਆ ਤੇ ਜਿਹੜੇ ਬੱਚਿਆਂ ਨੂੰ ਪਿਆਰ ਕਰਦੇ ਆ ਕੋਈ ਆ ਕੇ ਚੀਜ਼ ਦਿਖਾਉਂਦਾ ਕਹਿੰਦੇ ਨਾ ਭਾਈ ਇਹਨੂੰ ਵਿਗਾੜਨਾ ਅੱਜ ਤੂੰ ਦਵਾ ਦੇਗਾ ਕੱਲ ਵੱਡਾ ਹੋ ਕੇ ਮੰਗੂ ਅਸੀਂ ਕਿੱਥੋਂ ਦਵਾਂਗੇ ਇੰਨੇ ਜੋ ਕਿਹਾ ਯਾਦ ਤਾਂ ਨਾ ਖਰਾਬ ਉਹ ਕਹਿ ਦਿੰਦੇ ਆ ਚੰਗੇ ਨਹੀਂ ਬਣ ਦਿੰਦੇ
ਗੁਰੂ ਸਾਹਿਬ ਨੇ ਕਦੇ ਵੀ ਬਾਬਾ ਪ੍ਰਿਥੀ ਚੰਦ ਨੂੰ ਨਹੀਂ ਪੁੱਛਿਆ ਪਾਂਡਾਉਣੀ ਭਰਨੀ ਲੈ ਜਾਣੀ, ਸਿੱਖਾਂ ਨੂੰ ਵੰਡੀ ਜਾਣੀ, ਆਪਣੇ ਜਿਹੜੇ ਚੇਲੇ ਚਾਂਡੇ ਵਧਾਉਣ ਵਾਸਤੇ। ਸਿੱਖਾਂ ਨੇ ਆ ਕੇ ਕਹਿਣਾ ਮਹਾਰਾਜ ਜਿੰਨੀ ਮਾਇਆ ਆਉਂਦੀ ਹੈ ਜੀ ਉਹਦੀ ਅੱਧੀ ਨਹੀਂ ਮਿਲਾਉਂਦਾ। ਸਤਿਗੁਰੂ ਕਹਿੰਦੇ ਸੀ ਇੱਕੋ ਦਿਨ ਕਿਹਾ ਸੀ ਕਹਿੰਦੇ ਭਾਈ ਉਹ ਖੋਟਾ ਹੈ, ਜਿਹਨੂੰ ਖੋਟਾ ਕਹਿਤਾ ਜਿਹੜਾ ਖੋਟ ਹੀ ਕਰਦਾ ਹੈ ਫਿਰ ਉਹਨੂੰ ਮਨ ਜੀ ਹੋ ਲੱਗੀ ਜਾਣਾ। ਮੰਨ ਲਓ ਇੱਕ ਚੀਜ਼ ਖਰਾਬ ਹੈ ਕੋਈ ਵੀ ਹੈ, ਉਹਨੂੰ ਰੋਜ਼ ਹੀ ਕਹੇ ਚਲੋ ਇਹ ਖਰਾਬ ਹੈ ਇਹ ਹੋਰ ਖਰਾਬ ਹੋ, ਨਹੀਂ ਖਰਾਬ ਨਹੀਂ ਖਰਾਬ ਹੀ ਹੈ, ਉਹਦੇ ਤੇ ਆਪਣਾ ਟਾਈਮ ਵੇਸਟ ਕਰਨ ਦਾ ਕੋਈ ਹੈ। ਗੁਰੂ ਸਾਹਿਬ ਚੁੱਪ ਰਹਿੰਦੇ ਆ। ਸਿੱਖਾਂ ਨੇ ਜਾ ਕੇ ਪ੍ਰਿਥੀ ਚੰਦ ਨੂੰ ਆਖਣਾ ਕਹਿੰਦੇ ਦੇਖੋ ਮਰਜ ਤੁਹਾਡੇ ਤੇ ਇੰਨੇ ਖੁਸ਼ ਨੇ, ਤੁਸੀਂ ਕੁਛ ਵੀ ਵੰਡ ਦਿੰਦੇ ਹੋ ਗੁਰੂ ਸਾਹਿਬ ਕੁਝ ਨਹੀਂ ਕਹਿੰਦੇ, ਤੇ ਅਰਜਨ ਦੇਵ ਜੀਆਂ ਨੂੰ ਕਦੇ ਯਾਦ ਨਹੀਂ ਕਰਦੇ। ਉਹਨੇ ਆਪਣੇ ਕੁਛ ਬੰਦਿਆਂ ਨੂੰ ਨੇੜੇ ਰੱਖਿਆ ਹੋਇਆ ਸੀ, ਮਰਜ ਦੇ ਵੀ ਧਿਆਨ ਰੱਖਿਓ ਸਤਿਗੁਰੂ ਉਹਨਾਂ ਨੂੰ ਬੁਲਾ ਆਉਣਾ ਹੈ। ਮੇਰਾ ਛੋਟਾ ਭਰਾ ਲਾਹੌਰ ਦੀ ਧਰਤੀ ਤੇ ਵੱਸਦਾ ਬੜਾ ਘੋੜਾ ਹੈ, ਇਹਦੀ ਗੱਲਾਂ ਕਰ, ਉਹਨੂੰ ਪਤਾ ਵੀ ਜੇ ਇੱਥੇ ਕੁਛ ਵਿਰੁੱਧ ਬੋਲੂੰਗਾ ਗੱਲਾਂ ਗੁਰੂ ਸਾਹਿਬ ਕੋਲ ਜਾਣਗੀਆਂ ਫਿਰ ਕੰਮ ਹੋਰ ਹੋ ਜਾਊਗਾ। ਚਲਾਕ ਬੰਦਾ ਬੁਰੇ ਨੂੰ ਵੀ ਬੁਰਾ ਨਹੀਂ ਕਹਿੰਦਾ, ਲੋਕਾਂ ਸਾਹਮਣੇ ਚੰਗਾ ਹੀ ਕਹੀ ਤਰੀਕਾ ਹੁੰਦਾ ਹੈ। ਪਰ ਗੁਰੂ ਰਾਮਦਾਸ ਮਰਜ ਰੋਜ਼ ਵੇਖਦੇ ਸੀ, ਨਜ਼ਰਾਂ ਚ ਵੇਖਦੇ ਰੋਜ਼ ਜਿਹੜੇ ਜਿਹੜੇ ਕਰਮ ਇਹਨੇ ਕਰਨੇ, ਘੋੜਿਆਂ ਤੇ ਸਵਾਰ ਹੋ ਕੇ ਜਾਣਾ, ਸਿਰ ਤੇ ਚੌਰ ਢਲਾਉਣੇ ਸ਼ੁਰੂ ਕਰਵਾ ਲਏ ਆਪਣੇ, ਮਤਲਬ ਹਰ ਤਰ੍ਹਾਂ ਦੀ ਫੀਲਿੰਗ ਲੈਂਦਾ, ਮਹਿੰਗੀਆਂ ਮਹਿੰਗੀਆਂ ਪ੍ਰਸ਼ਾਦਾਂ ਲਾਉਂਦਾ, ਮਨ ਵਿੱਚ ਇਹ ਸੋਚਦਾ ਸ਼ੁਕਰ ਹੈ ਇੰਨਿਆਂ ਸਾਲਾਂ ਮਹੀਨਿਆਂ ਤੋਂ ਗੁਰੂ ਅਰਜਨ ਦੇ ਮਰਜ ਨੂੰ ਸਤਿਗੁਰਾਂ ਯਾਦ ਨਹੀਂ ਕੀਤਾ, ਇਸ ਗੱਲ ਤੋਂ ਖੁਸ਼ ਰਹਿੰਦਾ ਏ। ਹਮਨੇ ਆਗਿਆ ਦੀਨ ਸਤਾਹੀ ਇਸ ਮੇਂ ਨਿਸ਼ਚਲ ਰਹੇ ਕੇ ਨਾਹੀ। ਪਰ ਗੁਰੂ ਰਾਮਦਾਸ ਮਰਜ ਇੱਕ ਦਿਨ ਬਾਬਾ ਬੁੱਢਾ ਜੀ ਨੂੰ ਆਖ ਰਹੇ ਆ, ਕਹਿੰਦੇ ਪਰਖ ਅਸੀਂ ਰਹੇ ਹਾਂ, ਅਸੀਂ ਵੇਖ ਰਹੇ ਹਾਂ ਵੀ ਅਰਜਨ ਦੇਵ ਜੀ ਕਦੋਂ ਭੱਜ ਕੇ ਆਉਂਦੇ ਆ, ਅਸੀਂ ਉਹਨਾਂ ਨੂੰ ਆਗਿਆ ਹੁਕਮ ਕੀਤਾ ਹੋਇਆ ਵੀ ਜਦੋਂ ਤੱਕ ਬੁਲਾਈਏ ਨਾ ਆਉਣਾ ਵੀ। ਕਹਿੰਦੇ ਕਿੰਨੇ ਮਹੀਨੇ ਹੋ ਗਏ ਵੇਖ ਲਓ ਬਾਬਾ ਜੀ, ਅਜੇ ਤੱਕ ਉਹਨਾਂ ਹੁਕਮ ਦੀ ਅਦੂਰੀ ਨਹੀਂ ਕੀਤੀ। ਦੇਖੋ ਮਰਜ ਦਾ ਧਿਆਨ ਉਹਨਾਂ ਚ ਹੈ ਜਿਹੜਾ ਸਾਹਮਣੇ ਫਿਰਦਾ ਹੈ, ਉਹਦੇ ਬਾਰੇ ਕਦੇ ਸੋਚੀ ਨਹੀਂ ਆ। ਸਤਨਾਮ ਕਿਉਂਕਿ ਉਹ ਨਜ਼ਰਾਂ ਚ ਹੈ ਨੀ, ਸਾਹਮਣੇ ਹੋ ਸਕਦਾ ਨਜ਼ਰ ਚ ਹੈ, ਪਰ ਬਾਬਾ ਪ੍ਰਿਥੀ ਚੰਦ ਨੂੰ ਇਹ ਲੱਗਦਾ ਵੀ ਮੈਂ ਸਾਹਮਣੇ ਬੈਠਾ ਤੇ ਮੈਂ ਗੁਰੂ ਦਾ ਪਿਆਰਾ, ਮੈਂ ਗੁਰੂ ਦਾ ਕਰੀਬੀ ਹਾਂ, ਤੇ ਜਿਹੜੇ ਦੂਰ ਬੈਠੇ ਆ ਉਹ ਸਤਿਗੁਰ ਦੇ ਦਿਲ ਚ ਹੈ ਨੀ। ਉਹਦੀ ਸੋਚ ਬੰਦਾ ਆਪੋ ਆਪਣੇ ਹਿਸਾਬ ਨਾਲ ਸੋਚਦਾ। ਗੁਰੂ ਸਾਹਿਬ ਕਹਿੰਦੇ ਅਸੀਂ ਪਰਖਦੇ ਹਾਂ ਕਦੋਂ ਗੁਰੂ ਅਰਜਨ ਭੱਜ ਗਏ ਹੋਣਗੇ, ਇੱਥੇ ਆਪਾਂ ਵਾਰ ਵਾਰ ਗੁਰੂ ਸ਼ਬਦ ਵਰਤਦੇ ਹਾਂ ਭਾਵੇਂ ਉਹਨੂੰ ਗੁਰਗੱਦੀ ਨਹੀਂ ਮਿਲੀ, ਪਰ ਮੇਰਾ ਭਾਵ ਇਹ ਹੁੰਦਾ ਹੈ ਵੀ ਗੁਰਤਾ ਗੱਦੀ ਧੁਰ ਦਰਗਾਹ ਤੋਂ ਆਈ ਹੈ, ਉਹ ਭਾਵੇਂ 5 ਸਾਲ ਦੇ ਹੁਣ 10 ਸਾਲ ਦੇ ਹੁਣ, ਉਹ ਤੇ ਸੀ ਗੁਰੂ ਪਰਖ ਤੋਂ ਬਾਅਦ ਵੀ ਗੁਰਗੱਦੀ ਪ੍ਰਾਪਤ ਹੋਣੀ ਹੈ ਜੀ, ਪਹਿਲਾਂ ਗੁਰੂ ਸ਼ਬਦ ਵਰਤ ਲਈਏ ਤੇ ਮਾੜਾ ਵੀ ਕੀ ਹੈ ਕਿ ਧੁਰ ਦਰਗਾਹ ਤੋਂ ਭੇਜੇ ਆਏ। ਬਾਬਾ ਪ੍ਰਿਥੀ ਚੰਦ ਨੂੰ ਨਹੀਂ ਕਿਹਾ ਜਾਂਦਾ ਗੁਰੂ ਪ੍ਰਿਥੀ ਚੰਦ, ਕਦੇ ਨਹੀਂ ਚੜ੍ਹਦਾ ਉਹਨੂੰ, ਕਿਉਂਕਿ ਉਹਨਾਂ ਦੇ ਕਰਮਾਂ ਨਾਲ ਲਿਖਿਆ ਹੀ ਹੈ ਨਹੀਂ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਧੁਰ ਦਰਗਾਹ ਤੋਂ ਆਪ ਪਰਿਪੂਰਨ ਪਰਮਾਤਮਾ ਗੁਰੂ ਰਾਮਦਾਸ ਮਰਜ ਦਾ ਰੂਪ ਨੇ, ਇਸੇ ਕਰਕੇ ਭਾਵੇਂ ਉਮਰ ਛੋਟੀ ਹੈ ਪਰਖ ਹੋ ਰਹੀ ਹੈ ਸਦਾ ਰਹਿਣਗੇ ਗੁਰੂ ਅਰਜਨ ਦੇ ਮਰਜ। ਪਰ ਇਸ ਗੱਲ ਤੋਂ ਆਪਣੇ ਆਪ ਨੂੰ ਕੋਸਦੇ ਨੇ, ਮਨਾ ਐਸਾ ਕਿਹੜਾ ਗੁਨਾਹ ਤੂੰ ਕੀਤਾ ਜੋ ਪਿਤਾ ਗੁਰੂ ਨੂੰ ਤੇਰਾ ਆਉਣਾ ਵੀ ਮੁਨਾਸਬ ਨਹੀਂ ਲੱਗਦਾ, ਕਦੇ ਗੁਰੂ ਚ ਦੋਸ਼ ਨਹੀਂ ਕੱਟਿਆ ਉਹਨਾਂ, ਆਪਣੇ ਆਪ ਚ ਕੱਢਦੇ ਆ ਜਿਹੜਾ ਐਸਾ ਕਰਮ ਕਰ ਲਿਆ ਸਤਿਗੁਰ ਤੈਨੂੰ ਵਸਾਰ ਗਏ ਨੇ। ਬਿਨਾਂ ਕਹੇ ਚੱਲ ਆਏ ਅਵਾਸੀ ਤੋ ਆਇਸ ਕੋ ਕਰਨ ਬਿਨਾਸੀ। ਸੱਚੇ ਪਾਤਸ਼ਾਹ ਦੀ ਕਸਵੱਟੀ ਇਹ ਸੀ, ਉਹ ਦੇਖਦੇ ਸੀ ਵੀ ਬਿਨਾਂ ਆਗਿਆ ਤੋਂ ਅਰਜਨ ਜੀ ਚੱਲ ਕੇ ਆਉਣ ਸਾਡਾ ਹੁਕਮ ਬੋਲਣ, ਪਰ ਗੁਰੂ ਅਰਜਨ ਦੇ ਮਰਜ ਹੁਕਮ ਦੇ ਬੰਦੇ ਹੋਏ ਆ। ਸਤਿਗੁਰੂ ਰੋਜ਼ ਵੇਖਦੇ ਆ ਵੀ ਸਾਡੇ ਛੋਟੇ ਸਪੁੱਤਰ ਕਦੇ ਤੇ ਸਬਰ ਦਾ ਬੰਨ ਟੁੱਟੂਗਾ, ਕਦੇ ਤੇ ਭੱਜੇ ਆਉਣਗੇ, ਪਿਤਾ ਜੀ ਮੇਰਾ ਚਿੱਤ ਨਹੀਂ ਲੱਗਿਆ ਮੈਂ ਤੇ ਤਾਂ ਆ ਗਿਆ, ਇਹ ਪਰਖ ਹੋ ਰਹੀ ਹੈ। ਇਹਦਾ ਮਤਲਬ ਇਹ ਨਹੀਂ ਵੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇ ਮਰਜ ਨੂੰ ਯਾਦ ਨਹੀਂ ਕਰਦੇ, ਚੇਤੇ ਨਹੀਂ ਕਰਦੇ, ਪ੍ਰੇਮ ਨਹੀਂ ਕਰਦੇ, ਬੇਹੱਦ ਪ੍ਰੇਮ ਕਰਦੇ ਆ ਸਤਿਗੁਰੂ ਉਹਨਾਂ ਦੇ ਖਿਆਲਾਂ 'ਚ ਰਹਿੰਦੇ ਆ, ਬੜੀ ਭਾਵਨਾ ਰੱਖਦੇ, ਬੜਾ ਸਤਿਕਾਰ ਕਰਦੇ ਆ। ਪਰਖ ਦੋਨੇ ਪਾਸੇ ਹੈ, ਇੱਕ ਨੇੜੇ ਹੈ ਉਹ ਵੀ ਪਰਖਿਆ ਜਾ ਰਿਹਾ, ਇੱਕ ਦੂਰ ਬੈਠੇ ਆ ਪਰਖਦੇ ਉਹਨਾਂ ਨੂੰ ਵੀ ਹਨ। ਜਬ ਲੋ ਹਮ ਕੈ ਪਠੈ ਨਰਤਾ ਹੋ ਤੋ ਲਗੇ ਸਥਿਤ ਰਹਿ ਪਰਮਾ ਹੂੰ। ਤੇ ਗੁਰੂ ਸਾਹਿਬ ਸਿੱਖਾਂ ਨੂੰ ਕਈ ਵਾਰੇ ਬਚਨ ਆਖ ਦਿੰਦੇ, ਕਹਿੰਦੇ ਉਹਨਾਂ ਨੇ ਉਦੋਂ ਤੱਕ ਲਾਹੌਰ ਰਹਿਣਾ ਜਦੋਂ ਤੱਕ ਅਸੀਂ ਨਹੀਂ ਬਲੋਂਗੇ, ਪਰ
ਕੋਈ ਸਿੱਖ ਇਹ ਸਵਾਲ ਨਹੀਂ ਕਰ ਸਕਦਾ ਮਹਾਰਾਜ ਕਦੋਂ ਤੱਕ ਨਹੀਂ ਬੁਲਾਉਂਦੇ। ਹੁਣ ਵੇਖੋ ਵਿਆਹ ਇੱਕ ਮਹੀਨੇ ਦਾ ਸੀ, ਅੱਜ ਕਿੰਨੇ ਮਹੀਨੇ ਹੋ ਗਏ, ਗੱਲ ਸਾਲਾਂ ਦੇ ਆ ਖੜੀ। ਕਦੇ ਵੀ ਗੁਰੂ ਸਾਹਿਬ ਨੇ ਕੋਈ ਸਿੱਖ ਨਹੀਂ ਭੇਜਿਆ ਕਿ ਗੋਇੰਦਵਾਲ ਸਾਹਿਬ ਤੋਂ ਲਾਹੌਰ ਸੰਗਤ ਨਹੀਂ ਆਉਂਦੀ, ਲਾਹੌਰ ਤੋਂ ਗੋਇੰਦਵਾਲ, ਗੋਇੰਦਵਾਲ ਸਾਹਿਬ ਤੋਂ ਲਾਹੌਰ ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਪਰ ਕੋਈ ਵੀ ਸਿੱਖ ਕਦੇ ਜ਼ਿਕਰ ਨਹੀਂ ਕਰਦਾ ਗੁਰੂ ਅਰਜਨ ਦੇ ਪਾਤਸ਼ਾਹ ਦਾ ਤੇ ਗੁਰੂ ਅਰਜਨ ਦੇ ਮਹਾਰਾਜ ਕੋਲ। ਕਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਸਿੱਖ ਜ਼ਿਕਰ ਨਹੀਂ ਕਰਦੇ ਵੀ ਤੁਹਾਨੂੰ ਬੁਲਾਇਆ, ਕਿਉਂਕਿ ਸਿੱਖ ਵੀ ਜਾਣਦੇ ਨੇ ਉਦੋਂ ਦੇ ਸਿੱਖ ਫਾਲਤੂ ਤੇ ਵਾਧੂ ਗੱਲਾਂ ਨਹੀਂ ਸੀ ਕਰਦੇ, ਉਨੀ ਗੱਲ ਕਰਦੇ ਸੀ ਜਿੰਨੀ ਪੁੱਛੀ ਗਿਣੀ ਜਾਂਦੀ ਹੈ। ਸੁਖੀ ਕਿਹੜਾ ਬੰਦਾ ਹੈ, ਜਿਹੜਾ ਬੰਦਾ ਆਪਣੇ ਆਪ ਤੇ ਮਸਤ ਮੌਲਾ ਬਣ ਕੇ ਰਹਿੰਦਾ, ਦੁਖੀ ਕੌਣ ਹੈ, ਜਿਹੜਾ ਲੋਕਾਂ ਚ ਰਹਿੰਦਾ, ਕੌਣ ਕੀ ਖਾਂਦਾ, ਕਿੱਥੇ ਬਹਿੰਦਾ, ਕੀ ਕਰਦਾ, ਕਿਹਦੇ ਕੋਲ ਖੜਦਾ, ਕਿਵੇਂ ਸੁਣਦਾ, ਇਹਦਾ ਰਿਸ਼ਤੇਦਾਰ ਕਿੱਥੇ ਕਿੱਥੇ, ਇਹਦੀ ਇਨਕਮ ਦਾ ਸੋਰਸ ਕੀ ਹੈ, ਇਹਨੇ ਕਿੰਨੇ ਘਰ ਕਿਰਾਏ ਤੇ ਚੜਾਏ ਹੋਏ ਆ, ਇਹਦੇ ਟੱਬਰ ਵਿੱਚ ਕੀ ਗੱਲ ਹੈ। ਜਿਹੜਾ ਬੰਦਾ ਇਹਨਾਂ ਗੱਲਾਂ ਚ ਪਿਆ, ਉਹ ਅੱਜ ਵੀ ਰੋਇਆ, ਕੱਲ ਵੀ ਰੋਇਆ, ਉਹ ਰੋਣ ਵਾਸਤੇ ਦੁਨੀਆਂ ਤੇ ਆ। ਹੁਣ ਪ੍ਰਿਥੀ ਚੰਦ ਦਾ ਇਹ ਕੰਮ ਹੈ, ਉਹ ਪਤਾ ਕਰਦਾ ਲਾਹੌਰ ਚ ਗੁਰੂ ਅਰਜਨ ਦੇ ਪਾਤਸ਼ਾਹ ਆ ਤਾਂ ਨਹੀਂ ਰਹੇ, ਆਪਣਿਆਂ ਨੂੰ ਕਹਿ ਕੇ ਉਹਨੇ ਸਟੇਟ ਕੰਮ ਕਰਾਇਆ ਹੋਇਆ ਵੀ ਕਦੇ ਵੀ ਗੁਰੂ ਰਾਮਦਾਸ ਮਾਰਗ ਦਾ ਸੰਦੇਸ਼ਾ ਨਹੀਂ ਉੱਥੇ ਜਾਣਾ ਚਾਹੀਦਾ। ਉੱਤੋਂ ਕਿੰਨਾ ਚੰਗਾ ਬਣ ਸੰਗਤਾਂ ਚ ਹਾਂਜੀ ਹਾਂਜੀ ਕਰਦਾ ਹੈ, ਏਦਾਂ ਲੱਗਦਾ ਵੀ ਇਹਦੇ ਵਰਗਾ ਕੋਈ ਨੀ। ਵੇਖੋ ਇਹ ਪ੍ਰਿਥੀ ਚੰਦ ਦੀਆਂ ਆਦਤਾਂ ਸਾਡੇ ਬੜੇ ਸਿੱਖਾਂ ਚ ਤੁਹਾਨੂੰ ਮਿਲਣਗੀਆਂ, ਅੱਗੋਂ ਉੱਪਰੋਂ ਤੇ ਤੁਹਾਨੂੰ ਏਦਾਂ ਮਿਲਣਗੇ ਵੀ ਉਹਨਾਂ ਤੋਂ ਵੱਧ ਤੁਹਾਨੂੰ ਕੋਈ ਪਿਆਰ ਹੀ ਨਹੀਂ ਕਰ ਸਕਦਾ। ਅੰਦਰ ਕਿੰਨਾ ਪਾਪ ਹੈ, ਅੰਦਰ ਕਿੰਨਾ ਕਪਟ ਹੈ, ਅੰਦਰ ਕਿੰਨਾ ਛਲ ਹੈ, ਬਸ ਉਹ ਸਿਰ ਪ੍ਰਿਥੀ ਚੰਦ ਵਾਲਾ ਹੈ। ਇਸੇ ਕਰਕੇ ਉਹਨਾਂ ਨੂੰ ਸਿੱਖਾਂ ਨੂੰ ਮਸੰਦ ਕਿਹਾ ਜਾਂਦਾ ਹੈ। ਇਹ ਮਸੰਦ ਨੇ ਅੱਜ ਵੀ ਤੁਹਾਡੇ ਸਾਹਮਣੇ, ਤੁਸੀਂ ਜਾਓ ਤੁਹਾਨੂੰ ਚਾਹ ਪਿਲਾਉਣਗੇ, ਭੱਜੇ ਫਿਰਨਗੇ ਅੱਗੇ ਪਿੱਛੇ, ਪਰ ਪਤਾ ਕਰਿਓ ਅੰਦਰ ਕਿੰਨੀ ਸ਼ਰਧਾ ਤੁਹਾਡੇ ਪ੍ਰਤੀ ਹੈ ਤੇ ਗੁਰੂ ਪ੍ਰਤੀ ਕਿੰਨਾ ਸਤਿਕਾਰ ਹੈ, ਉਹ ਵਰਤ ਕੇ ਪਤਾ ਲੱਗਦਾ। ਹੁਣ ਬਾਬਾ ਪ੍ਰਿਥੀ ਚੰਦ ਦਾ ਇੱਧਰ ਪੂਰਾ ਬੋਲ ਬਾਲਾ ਗੋਇੰਦਵਾਲ ਸਾਹਿਬ ਚ, ਸਿੱਖ ਵਡਿਆਈਆਂ ਕਰਦੇ ਆ ਵੀ ਬਾਬਾ ਪ੍ਰਿਥੀ ਚੰਦ ਧੰਨ ਨੇ, ਇਹ ਕਰਾਮਾਤੀ ਨੇ, ਇਹ ਗੁਣਾਂ ਦੀ ਖਾਨ ਹਨ, ਇਹ ਸੰਗਤਾਂ ਨੂੰ ਬੜਾ ਪ੍ਰੇਮ ਕਰਦੇ ਆ। ਪਰ ਅੰਦਰੋਂ ਕੋਈ ਨੀ ਸੀ ਜਾਣਦਾ, ਕੇਵਲ ਸਤਿਗੁਰ ਜਾਣਦੇ ਸੀ ਉੱਤੋਂ ਕੀ ਹੈ ਇਹ ਤੇ ਅੰਦਰੋਂ ਕੀ ਆ। ਸਤਨਾਮ ਇਹਨਾਂ ਨੂੰ ਮਹਾਰਾਜ ਨੇ ਪ੍ਰਿਥੀ ਚੰਦ ਇਹ ਮੀਣੇ ਵਸਦੀ ਆਖਿਆ ਬਾਅਦ ਚੋਂ, ਮੀਣੇ ਨੇ ਇਹ, ਮੀਣਾ ਕੌਣ ਹੁੰਦਾ ਹੈ ਉੱਤੋਂ? ਹਾਂਜੀ 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 ਹਾਂਜੀ, ਬੜਾ ਯਾਦ ਕਰਦੇ, ਬੜੀ ਯਾਦ ਤੁਹਾਡੀ ਆਉਂਦੀ ਬਾਈ, ਤੁਸੀਂ ਦਰਸ਼ਨ ਨੀ ਦਿੰਦੇ ਅੰਦਰੋਂ, ਲੋਕੀ ਭੋਗ ਪਾਉਣ ਨੂੰ ਫਿਰਦੇ ਵੀ ਲੱਤ ਬਾਗ ਕਿਵੇਂ ਟੁੱਟਦੀ ਹੈ, ਤੁਰਿਆ ਕਿਉਂ ਫਿਰਦਾ ਰੋਜ਼ ਹੈ ਅੰਦਰ, ਉਹਨੂੰ ਕਹਿੰਦੇ ਮੀਣਾ। ਸਿੱਖਾਂ ਚ ਹੈਗੇ ਇਹਨੂੰ, ਮਹਾਰਾਜ ਨੇ ਕਿਹਾ ਇਹਨਾਂ ਤੋਂ ਬਚਣਾ ਹੈ। ਸਿੱਖ ਬਣਨ ਦਾ ਭਾਵ ਇਹ ਵੀ ਦੇਖੋ, ਅੰਮ੍ਰਿਤ ਸਾਰੀ ਛੱਕ ਲਈ, ਗੁਰਦੁਆਰੇ ਸਾਰੇ ਹੀ ਆਉਂਦੇ ਆ, ਗੁਰਦੁਆਰੇ ਆਉਣ ਵਾਲੇ ਸਾਰੇ ਚੰਗੇ ਨੀ, ਅੰਮ੍ਰਿਤ ਛੱਕ ਲੈਣ ਵਾਲੇ ਸਾਰੇ ਚੰਗੇ ਨੀ, ਕੀ ਅੰਮ੍ਰਿਤ ਮਾੜਾ ਹੈ? ਨਹੀਂ, ਅੰਮ੍ਰਿਤ ਤੇ ਗੁਰੂ ਦੀ ਦਾਤ ਹੈ। ਪਰ ਕਈ ਵਾਰ ਨਾ ਸਾਡੇ ਵਰਗੇ ਲੋਕ ਅੰਮ੍ਰਿਤ ਦੀ ਦਾਤ ਲੈ ਕੇ ਵੀ ਕਦੇ ਬਦਲਦੇ ਨੀ। ਆਖੋ ਸਤਨਾਮ। ਕੋਈ ਪ੍ਰਿਥੀ ਚੰਦੀਆ ਬਣੀ ਫਿਰਦਾ, ਕੋਈ ਧੀਰ ਮੱਲੀਆ ਬਣੀ ਫਿਰਦਾ, ਕੋਈ ਰਾਮ ਰਾਈਆ ਬਣੀ ਫਿਰਦਾ, ਇਹ ਬਿਰਤੀਆਂ ਨੇ ਸਿੱਖਾਂ ਦੀ। ਜਿਹੜਾ ਗੁਰੂ ਵਾਲਾ ਹੈ ਉਹਦਾ ਸੀਸ ਕੇਵਲ ਗੁਰੂ ਗ੍ਰੰਥ ਪੰਥ ਅੱਗੇ ਝੁਕਦਾ, ਉਹ ਮਰਨੀ ਮਰਜੂ ਕਿਤੇ ਹੋਰ ਨਹੀਂ ਜਾਂਦਾ। ਪਰ ਬਾਬਾ ਪ੍ਰਿਥੀ ਚੰਦ ਬਾਹਰੋਂ ਥੋੜੀ ਬੁਰਾ ਸੀ, ਕਿਸੇ ਨਾਲ ਵਿਵਹਾਰ ਥੋੜੀ ਮਾੜਾ ਰੱਖਦਾ ਸੀ, ਦੱਸੋ ਉਹਨੇ ਕਿਹੜੇ ਸਿੱਖ ਤੇ ਗੋਲੀ ਚਲਾਈ ਹੈ ਜੀ? ਗੱਲਾਂ ਤਾਂ ਸਮਝਣ ਵਾਲੀਆਂ ਨੇ ਨਾ, ਦੱਸੋ ਜੀ ਕਦੇ ਪ੍ਰਿਥੀ ਚੰਦ ਨੇ ਕਿਸੇ ਨੂੰ ਕੁੱਟਿਆ ਮਾਰਿਆ ਹੋਵੇ, ਸੁਣਿਆ ਕਿਤੇ ਇਤਿਹਾਸ? ਨਹੀਂ, ਉਹ ਕੀ ਕਰਦਾ ਸੀ? ਅੰਦਰ ਖਾਤੇ ਆ ਗਈ ਚਲਾਉਂਦਾ ਸੀ ਅੰਦਰ ਖਾਤੇ। ਜਿੱਦਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਘਰੇ ਗੁਰੂ ਹਰਗੋਬਿੰਦ ਪਾਤਸ਼ਾਹ ਉਤਾਰ ਲੈਂਦੇ ਆ, ਉੱਤੋਂ ਵਧਾਈਆਂ ਭੇਜਦਾ ਸੀ, ਬੜੀਆਂ ਵਧਾਈਆਂ ਭੇਜੀਆਂ ਪ੍ਰਿਥੀ ਚੰਦ ਨੇ, ਲੱਡੂ ਭੇਜੇ, ਮਠਿਆਈਆਂ ਭੇਜੀਆਂ, ਅੰਦਰੋਂ ਕੀ ਕਰਦਾ ਸੀ? ਕਦੇ ਤਾਈ ਬੁਲਾਉਂਦੀ, ਕਦੇ ਜ਼ਹਿਰੀਲਾ ਸੱਪ ਛਡਾਇਆ, ਕਦੇ ਦਹੀਂ ਦੇ ਵਿੱਚ ਜ਼ਹਿਰ ਮਿਲਵਾਇਆ, ਕੀ ਨਹੀਂ ਕੀਤਾ ਉਹਨੇ। ਬਾਹਰੋਂ ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜੀ ਫਿਰਦਾ ਸੀ, ਕਹਿੰਦਾ ਮਹਾਰਾਜ ਤੁਹਾਡਾ ਹੀ ਆਸਰਾ ਹੈ, ਅੰਦਰੋਂ ਕੀ ਸੀ? ਇਸ ਕਰਕੇ ਬੁਰਾ ਸੀ, ਮਹਾਰਾਜ ਨੇ ਕਿਹਾ ਸੀ ਨਾ ਮਨ ਖੋਟ ਹੈ। ਹੁਣ ਖੋਟੇ ਸ਼ਬਦ ਦਾ ਭਾਵ ਇਹੀ ਹੁੰਦਾ ਹੈ ਵੀ ਬੰਦੇ ਦਾ ਬਾਹਰੋਂ ਤਾਂ ਵਿਵਹਾਰ ਬਹੁਤ ਚੰਗਾ ਹੈ, ਕਿ ਅੰਦਰੋਂ ਚੰਗਾ ਨਹੀਂ ਸੋਚਦਾ, ਸਤਨਾਮ ਅੰਦਰੋਂ ਨਹੀਂ ਚੰਗਾ। ਹੁਣ ਪ੍ਰਿਥੀ ਚੰਦ ਜੇ ਬਾਹਰੋਂ ਖੋਟਾ ਹੁੰਦਾ ਤੇ ਮਹਾਰਾਜ ਕਦੇ ਬੈਠਣਾ ਦਿੰਦੇ ਕੋਲੇ? ਕੀ ਉਹ ਸਿੱਖਾਂ ਚ ਵਰਤ ਜਾਂਦਾ? ਨਹੀਂ ਨਹੀਂ, ਬਾਹਰੋਂ ਤੇ ਉਹ ਇੰਨਾ ਚੰਗਾ ਬਣਿਆ ਸੀ, ਸਿੱਖ ਵੀ ਉਹਦੀਆਂ ਤਾਰੀਫਾਂ ਗੁਰੂ ਸਾਹਿਬ ਕੋਲ ਆ ਕੇ ਕਰਦੇ ਸੀ, ਮਹਾਰਾਜ ਸੰਗਤਾਂ ਦੀ ਬੜੀ ਸੇਵਾ ਕਰਦਾ, ਭੱਜਿਆ ਹੀ ਫਿਰਦਾ ਜੀ, ਸੌਂਦਾ ਨਹੀਂ, ਕਿਸੇ ਨੂੰ ਕੀ ਪਤਾ ਉਹ ਇੰਨਾ ਕੁਛ ਕਿਉਂ ਕਰਦਾ ਸੀ, ਉਹ ਕੇਵਲ ਸਤਿਗੁਰੂ ਜਾਣਦੇ ਆ ਵੀ ਇਹ ਗੁਰਗੱਦੀ ਤੇ ਕਬਜ਼ਾ ਕਰਨ ਨੂੰ ਫਿਰਦਾ, ਇਹਦੀ ਸ਼ਰਧਾ ਛੁਰਦਾ ਕੋਈ ਨਹੀਂ।
ਇਸੇ ਕਰਕੇ ਉਹਨੇ ਇੱਕ ਏਜੰਡਾ ਸੈੱਟ ਕੀਤਾ ਹੋਇਆ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੁਆਰਾ ਜੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਚਲੇ ਗਏ ਉਹ ਕਦੇ ਵਾਪਸ ਇੱਥੇ ਨਾ ਆਉਣ। ਉੱਤੋਂ ਬੜੀਆਂ ਪ੍ਰੇਮ ਦੀਆਂ ਗੱਲਾਂ, ਸੰਗਤਾਂ ਨਾਲ ਹੱਸਦਾ ਰਹਿੰਦਾ ਏ। ਤੋ ਆਇਸ ਮੇ ਰਹਿਬੇ ਵਾਰੋ ਹੋਵੇ ਗੁਰਤਾ ਕੀਰ ਅਧਾਰੋ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਿੱਖਾਂ ਵਿੱਚ ਬੈਠੇ ਆ, ਬਾਬਾ ਬੁੱਢਾ ਜੀ ਕੋਲ ਨੇ, ਕੁਝ ਅਫਗਾਨ ਦੀਆਂ ਸੰਗਤਾਂ ਬੈਠੀਆਂ। ਸਤਿਗੁਰੂ ਕਹਿੰਦੇ ਭਾਈ ਸਾਡੀ ਗੁਰਗੱਦੀ ਦੇ ਮਾਲਕ ਗੁਰੂ ਅਰਜਨ ਹੋਣਗੇ। ਇਸ਼ਾਰਾ ਦਿੱਤਾ ਮਹਾਰਾਜ ਨੇ। ਵਿਦੇਸ਼ ਦੀਆਂ ਸੰਗਤਾਂ ਪੁੱਛਣਾ ਚਾਹੁੰਦੀਆਂ ਸੀ ਮਹਾਰਾਜ ਕੌਣ, ਕਿਉਂਕਿ ਲੱਗਦਾ ਤੇ ਪ੍ਰੀਤੀ ਚਾਹੁੰਦੀ ਹੈ, ਕਿਉਂਕਿ ਅੱਗੇ ਪਿੱਛੇ ਤਾਂ ਇਹ ਫਿਰ ਆਗਿਆਕਾਰੀ ਇਹ ਬਣਿਆ। ਫਿਰ ਤਾਂ ਸਾਡੇ ਪਰਿਵਾਰਾਂ ਚ ਵੀ ਹੁੰਦੇ ਏਦਾਂ ਦੇ ਦਿਖਾਵਾ ਕਰਨ ਵਾਲੇ, ਲੋਕੀ ਦਿਖਾਵਾ ਇੰਨਾ ਕੁ ਸੋਹਣਾ ਕਰ ਲੈਂਦੇ ਆ ਵੀ ਜਿਹਦੇ ਨਾਲ ਉਹ ਗੇਮ ਖੇਡਦੇ ਪਤਾ ਉਹਨੂੰ ਵੀ ਨੀ ਲੱਗਦਾ, ਉਹਨੂੰ ਵੀ ਇਹੀ ਲੱਗਦਾ ਵੀ ਇਹ ਬੰਦੇ ਜਿੰਨਾ ਮੈਨੂੰ ਕੋਈ ਪਿਆਰ ਨਹੀਂ ਦੱਸ। ਪਰ ਵਕਤ ਬਾਅਦ ਪਤਾ ਲੱਗਦਾ, ਸਮਾਂ ਲੰਘੇ ਤੋਂ ਵੀ ਮੈਨੂੰ ਲੱਗਦਾ ਸੀ ਮੈਨੂੰ ਪਿਆਰ ਕਰਦਾ, ਫਿਰ ਪਤਾ ਲੱਗਿਆ ਵੀ ਇਹ ਤੇ ਮੇਰੇ ਵਰਗੇ ਦੇ ਪਤਾ ਨੀ ਕਿੰਨੇ ਕੁ ਮਿੱਤਰ ਬਣਾਏ ਹੋਏ ਆ, ਇਹ ਕਿੰਨਿਆਂ ਨੂੰ ਪਿਆਰ ਕਰਦਾ ਤੇ ਮੇਰਾ ਬਣਿਆ ਹੀ ਕਦੇ ਨਹੀਂ। ਇਹ ਕੀ ਹੈ? ਇਹ ਚਲਾਕੀਆਂ ਨੇ, ਇਹ ਸਾਜਿਸ਼ਾਂ ਨੇ। ਮਨੁੱਖ ਜਿਹੜਾ ਹਰ ਇੱਕ ਦਿਲ ਨਾਲ ਖੇਡਦਾ, ਹਰ ਇੱਕ ਮਨੁੱਖ ਨਾਲ ਖੇਡਦਾ। ਬਾਬਾ ਪ੍ਰਿਥੀ ਚੰਦ ਕਿੰਨਾ ਵੱਡਾ ਪਾਪ ਰੋਜ ਕਰਦਾ ਸੀ, ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਸੀ, ਚੰਗਾ ਬਣ ਕੇ ਵਿਖਾਉਂਦਾ ਸੀ, ਉਹਨਾਂ ਨੂੰ ਅਸੀਸਾਂ ਦੇਣੀਆਂ, ਉਹਨਾਂ ਸਿੱਖਾਂ ਨੂੰ ਸਰੋਪੇ ਦੇਣੇ, ਤੂੰ ਫਲਾਣੇ ਇਲਾਕੇ ਦਾ ਜਥੇਦਾਰ ਐਵੇਂ ਕਰਕੇ। ਤੇ ਹੁਣ ਸਿੱਖਾਂ ਨੇ ਆਪ ਹੀ ਚੰਗਾ ਕਹਿਣਾ ਕਿ ਉਹ ਸਰੋਪਾ ਦਿੰਦਾ ਸਾਨੂੰ ਯਾਰ, ਕੋਈ ਬਿਠਾ ਕੇ ਦੁੱਧ ਪਿਲਾਵੇ ਬਿਸਕੁਟ ਖਵਾਵੇ ਅਸੀਂ ਮਾੜਾ ਕਹਾਂਗੇ? ਲੱਖ ਲੋਕਾਂ ਨਾਲ ਮਾੜਾ ਹੋਵੇ ਉਹ ਬੰਦਾ ਜਿਹੜਾ ਸਾਨੂੰ ਬੈਠਾ ਚਾਹ ਪਿਲਾਈ ਜਾਂਦਾ ਸੀ ਤੇ ਗੀਤ ਹੀ ਗਾਉਣੇ ਆ ਨਾ ਉਹਦੇ, ਵੀ ਯਾਰ ਤੁਹਾਡੇ ਲਈ ਬੁਰਾ ਹੋਣਾ ਮੈਨੂੰ ਤੇ ਭੱਜ ਕੇ ਮਿਲਦਾ ਉਹ। ਬਾਬਾ ਪ੍ਰਿਥੀ ਚੰਦ ਦੀ ਵਡਿਆਈ ਜਦੋਂ ਸਤਿਗੁਰਾਂ ਦੇ ਦਰਬਾਰ ਚ ਹੋਣੀ ਗੁਰੂ ਸਾਹਿਬ ਸੁਣ ਕੇ ਚੁੱਪ ਕਰ ਜਾਂਦੇ ਸੀ, ਕਦੇ ਰਿਐਕਟ ਨਹੀਂ ਕੀਤਾ ਮਹਾਰਾਜ ਨੇ, ਕਦੇ ਉਹਦੀ ਵਡਿਆਈ ਨਹੀਂ ਕੀਤੀ ਤੇ ਨਾ ਕਦੇ ਉਹਦੀ ਵਡਿਆਈ ਨੂੰ ਟੋਕਿਆ ਵੀ ਭਾਈ ਸਿੱਖੋ ਏਦਾਂ ਨਾ ਕਿਹਾ ਗੁਰੂ ਪ੍ਰਿਥੀ ਚੰਦ ਬਾਰੇ, ਕਿਉਂਕਿ ਇਹ ਕਸਵੱਟੀ ਹੈ। ਕਸਵੱਟੀਆਂ ਵਿੱਚ ਰਿਜ਼ਲਟ ਬਾਅਦ ਵਿੱਚ ਆਉਂਦੇ ਆ। ਪੇਪਰ ਚੱਲਦਾ ਹੋਵੇ ਨਾ, ਪੇਪਰ ਵਿੱਚ ਕਦੇ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਬੈਠਣ ਤੇ ਬਿਠਾਉਣ ਵਾਲਾ ਐਗਜ਼ਾਮੀਨਰ ਨਹੀਂ ਬੋਲਦਾ, ਤੁਸੀਂ ਸਹੀ ਲਿਖੋ ਗਲਤ ਲਿਖੋ ਜੋ ਮਰਜ਼ੀ ਕਰੋ, ਉਹਨੂੰ ਪਤਾ ਵੀ ਜਦੋਂ ਰਿਜ਼ਲਟ ਨਿਕਲਣਾ ਪਤਾ ਤੇ ਪ੍ਰੀਖਿਆ ਪ੍ਰੀਖਿਆ ਤੇ ਥੋੜਾ ਬੋਲਿਆ ਜਾਂਦਾ ਦੱਸਿਆ ਜਾਂਦਾ ਕਿਸੇ ਨੂੰ ਕੁਛ, ਉਹ ਲੱਖ ਗੱਲਾਂ ਵੀ ਕੋਈ ਲੀਕ ਕਰਦੇ ਰਿਜ਼ਲਟਾਂ ਚ ਨਹੀਂ ਹੁੰਦਾ ਕੰਮ। ਪਰ ਉਸ ਵਕਤ ਸੱਚੇ ਪਾਤਸ਼ਾਹ ਦੀ ਇਹ ਕਸਵੱਟੀ ਇਹ ਪ੍ਰੀਖਿਆ ਦੇ ਵਿੱਚੋਂ ਗੁਰੂ ਅਰਜਨ ਪਾਸ ਹੋ ਚੁੱਕੇ ਨੇ, ਪਰ ਰਹਿੰਦੇ ਖੂਹਦੇ ਸਤਿਗੁਰ ਅਜੇ ਵੀ ਅੜਨਗੇ ਵੀ ਕਿਤੇ ਦੌੜ ਕੇ ਆ ਨਾ ਜਾਵਣ। ਵਿਚਾਰ ਕਰ ਸਿਮਰੋ ਨਾਹੀਂ ਮਾਹੀ। ਕਈ ਮਹੀਨੇ ਹੋਰ ਲੰਘੇ ਜੀ, ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸਤਿਗੁਰਾਂ ਕਦੇ ਖੱਤ ਨਹੀਂ ਪਾਇਆ, ਕਦੇ ਸੱਦਾ ਨਹੀਂ ਦਿੱਤਾ, ਕਦੇ ਸੁੱਖ ਸੰਦ ਨਹੀਂ ਪੁੱਛੀ। ਉੱਧਰ ਤੇ ਇੱਕ ਇੱਕ ਪਲ ਉੱਠਾ ਗੁਰੂ ਅਰਜਨ ਦੇ ਮਹਾਰਾਜ ਵਾਸਤੇ। ਤੇ ਪ੍ਰੀਤੀ ਚੰਦ ਇੱਧਰ ਖੁਸ਼ ਬੜਾ ਹੈ ਵੀ ਜੇ ਪਿਤਾ ਜੀ ਨੇ ਅਜੇ ਤੱਕ ਪੁੱਤਰ ਨਹੀਂ ਬੁਲਾਇਆ ਛੋਟਾ ਭਰਾ, ਹੁਣ ਨਹੀਂ ਬੁਲਾਉਂਦੇ ਉਹਨੂੰ, ਦਿਲੋਂ ਲੈ ਗਿਆ ਮਹਾਰਾਜ ਦੇ, ਕਿਉਂਕਿ ਦੂਰ ਬਹੁਤ ਦੂਰ ਬੈਠਾ, ਉਹਦੇ ਗੁਣਾਂ ਦਾ ਕੀ ਕਰਦਾ। ਇਸੇ ਕਰਕੇ ਬਾਬਾ ਜੀ ਇੱਧਰ ਬਹੁਤ ਖੁਸ਼ ਰਹਿੰਦੇ ਨੇ ਪ੍ਰੀਤੀ ਚੰਦ ਵੀ ਬਸ ਕਿਰਪਾ ਹੋਣ ਵਾਲੀ ਆ, ਸਤਿਗੁਰੂ ਆਪਣੇ ਹੁੰਦੇ ਹੋਏ ਸਾਨੂੰ ਤਖ਼ਤ ਤੇ ਬਿਠਾ ਦੇਣਗੇ। ਇਸੇ ਕਰਕੇ ਉਹਨੇ ਆਪਣੀ ਫੌਜ ਖੜੀ ਕਰ ਲਈ, ਕਈ ਸਿੱਖਾਂ ਨੂੰ ਆਪਣੇ ਨਾਲ ਲਾ ਲਿਆ, ਬੜਿਆਂ ਨੂੰ ਉਹਨੇ ਬੜਾ ਕੁਝ ਦਿੱਤਾ ਕਿ ਮੇਰੇ ਹੱਥ ਚ ਭੁਗਤਣਗੇ। ਪਰ ਉੱਧਰ ਇੱਕ ਇੱਕ ਪਲ ਇੱਕ ਇੱਕ ਘੜੀ ਗੁਰੂ ਅਰਜਨ ਦੇ ਪਾਤਸ਼ਾਹ ਵਾਸਤੇ ਬੜੀ ਔਖੀ ਸੀ, ਨਾ ਭੁੱਖ ਲੱਗਦੀ ਨਾ ਨੀਂਦ ਆਉਂਦੀ ਹੈ ਨਾ ਕਿਤੇ ਆਰਾਮ ਮਿਲਦਾ ਏ। ਸੋ ਦਰਸ਼ਨ ਕੋ ਚਾਣ ਤੇਸੀ ਚਾਤ੍ਰਕ ਚਿਤਵਤ ਘਨ ਕੋ ਜੈਸੀ। ਜਿਉਂ ਜਿਉਂ ਸਤਿਗੁਰਾਂ ਦੀ ਗੱਲਬਾਤ ਲਾਹੌਰ ਪਹੁੰਚਣੀ ਬੰਦ ਹੋ ਗਈ, ਕਹਿੰਦੇ ਹਾਲਤ ਬਣ ਗਈ ਬਬੀਹੇ ਵਰਗੀ, ਜਿਵੇਂ ਸਵੰਤੀ ਬੂੰਦ ਨੂੰ ਤਰਸਦਾ ਏ, ਭਾਵੇਂ ਉਹਦੇ ਲਈ ਲੱਖਾਂ ਸਮੁੰਦਰ ਭਰੇ ਹੋਣ, ਦਰਿਆ ਭਰੇ ਹੋਣ, ਸਵੰਤੀ ਬੂੰਦ ਬਿਨਾਂ ਚੈਨ ਨਹੀਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਚ ਬੈਠੇ ਬਾਣੀ ਪੜ੍ਹਦੇ ਰੋ ਪੈਂਦੇ ਨੇ ਵਿਰਾਗ ਦੇ ਵਿੱਚ, ਗੁਰੂ ਰਾਮਦਾਸ ਪਾਤਸ਼ਾਹ ਦੇ ਧਿਆਨ ਵਿੱਚ ਸਾਰੀ ਸਾਰੀ ਰਾਤ ਸੁੰਨ ਹੋ ਕੇ ਬੈਠੇ ਰਹਿੰਦੇ। ਕਹਿੰਦੇ ਹਾਲਤ ਐਸੀ ਸੀ ਬਬੀਹੇ ਵਰਗੀ, ਜਿਵੇਂ ਭੌਰਾ ਫੁੱਲ ਨੂੰ ਲੋਚਦਾ, ਏਦਾਂ ਸਤਿਗੁਰਾਂ ਨੂੰ ਲੋਚੀ ਜਾਂਦੀ, ਅਰਦਾਸਾਂ ਹੀ ਕਰੀ ਜਾਂਦੇ, ਮਹਾਰਾਜ ਇੱਕ ਵਾਰੀ ਦਰਸ਼ਨ ਦੇ ਦਿਓ, ਸੱਚੇ ਪਾਤਸ਼ਾਹ ਇੱਕ ਵਾਰੀ ਸੱਦਾ ਦੇ ਦਿਓ, ਇੱਕ ਵਾਰੀ ਬੁਲਾ ਲਓ, ਮੈਂ ਦਰਸ਼ਨ ਕਰਕੇ ਉਹਨੇ ਪੈਰੀ ਵਾਪਸ ਆ ਲੈਣਾ, ਮੈਂ ਗੋਇੰਦਵਾਲ ਜੀ ਬਸ
ਮੈਨੂੰ ਨਾ ਰੱਖਿਓ ਆਪਣੇ ਕੋਲੇ, ਪਰ ਇੱਕ ਵਾਰੀ ਇਹਨਾਂ ਹੱਥਾਂ ਨਾਲ ਮੈਨੂੰ ਤੱਕ ਲੈਣ ਦਿਓ। ਪਲ ਨਹੀਂ ਪਰੇਂਜ ਦੇ ਨਹੀਂ ਕਬੈ ਪ੍ਰੇਮ ਪਰਵਾ ਬ੍ਰਿਧੈ ਔਰ ਤਬੈ। ਜਦੋਂ ਪ੍ਰੇਮ ਵੈਰਾਗ ਤੇ ਵਿਛੋੜੇ ਦਾ ਪ੍ਰਭਾਵ ਅੰਦਰ ਵਧੀ ਜਾਂਦਾ ਹੈ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸਰੀਰ ਕਮਜ਼ੋਰ ਹੋਣ ਲੱਗ ਪਿਆ, ਛੱਡਦੇ ਕੁਛ ਨਹੀਂ, ਅੱਖਾਂ ਚ ਅਥਰੂ ਹਰ ਵੇਲੇ ਵਗਦੇ ਰਹਿੰਦੇ ਆ, ਸਰੀਰ ਦਾ ਰੰਗ ਪੀਲਾ ਹੋ ਗਿਆ, ਇਹ ਪ੍ਰੇਮ ਦੀਆਂ ਨਿਸ਼ਾਨੀਆਂ ਨੇ। ਕਹਿੰਦੇ ਭੁੰਜੇ ਆਸਣ ਲਾ ਲਿਆ, ਪਲਕੇ ਤੇ ਨਹੀਂ ਸੌਂਦੇ, ਛੱਡ ਦਿੱਤਾ ਪਲਕੇ ਤੇ ਸੌਣਾ, ਜਾ ਸੰਗਤਾਂ ਚ ਬਹਿ ਕੇ ਸਤਿਗੁਰ ਦੀ ਉਸਤਤ ਕਰਦੇ ਆ, ਜਾ ਫਿਰ ਭੁੰਜੇ ਆਰਾਮ ਕਰਦੇ। ਅੱਠ ਪੈਰਾਂ ਚੋਂ ਇੱਕ ਪੈਰ ਕੋਈ ਕੁਰਤਾ ਛੱਕ ਲਿਆ, ਛੱਕ ਲਿਆ ਨਹੀਂ ਵੀ ਛੱਕ ਲਿਆ, ਪਾਣੀ ਮਿਲ ਗਿਆ ਪੀ ਲਿਆ, ਨਹੀਂ ਆਪ ਨਹੀਂ ਪੀਂਦੇ, ਦੋ ਦੋ ਤਿੰਨ ਤਿੰਨ ਵੇਲੇ ਇਸ਼ਨਾਨ ਕਰਕੇ ਸਤਿਗੁਰਾਂ ਦੇ ਧਿਆਨ ਚ ਬੈਠੇ ਰਹਿੰਦੇ, ਬਸ ਇੱਕੋ ਹੀ ਅਰਜ ਕਰਦੇ, ਸੱਚੇ ਪਾਤਸ਼ਾਹ ਦਰਸ਼ਨ ਦੇ ਦਿਓ, ਜੇ ਗੁਨਾਹ ਕੋਈ ਹੋ ਗਿਆ ਮੇਰੇ ਕੋਲੋਂ ਮੈਨੂੰ ਬਖਸ਼ ਲਇਓ। ਬਹੁਤ ਵਿਚਾਰਤ ਗੁਰ ਗਤ ਭਾਰੀ ਸਿਮਰਤ ਪੋੜੀ ਸ਼ਬਦ ਸੁਧਾਰੀ। ਬੜੀ ਵਾਰ ਕੋਸ਼ਿਸ਼ ਕੀਤੀ ਮੈਂ ਭੱਜ ਕੇ ਗੋਇੰਦਵਾਲ ਸਾਹਿਬ ਚਲੇ ਜਾਵਾਂ, ਮਨ ਤੇ ਕਹਿੰਦਾ ਵੀ ਸੰਗਤ ਨਾਲ ਤੁਰਪਾ, ਸਿੱਖ ਬਖਸ਼ਾ ਲੈਣ ਦੀ ਗਲਤੀ ਹੋ ਗਈ ਜਾ ਕੇ, ਫਿਰ ਅੰਦਰੋਂ ਮਨ ਚ ਆਵਾਜ਼ ਆਉਂਦੀ ਹੈ, ਮਨਾ ਨਹੀਂ, ਗੁਰੂ ਦਾ ਹੁਕਮ ਹੈ ਸਾਡੇ ਸੱਦੇ ਬਿਨਾ ਨਹੀਂ ਆਉਣਾ, ਸਤਨਾਮ ਅਸੀਂ ਆਪ ਬੁਲਾਵਾਂਗੇ, ਸਿੱਖ ਭੇਜ ਕੇ ਤਾਂ ਆਉਣਾ ਹੈ। ਕਹਿੰਦੀ ਫਿਰ ਤੇ ਹੁਕਮ ਟੁੱਟ ਜੂ ਜੇ ਮੈਂ ਸੰਗਤ ਨਾਲ ਗਿਆ। ਉਹਨਾਂ ਸੰਗਤਾਂ ਵੱਲ ਵੇਖ ਵੇਖ ਵੈਰਾਗ ਕਰਦੇ ਆ, ਵੇਖ ਕਿੱਡੇ ਕਰਮਾਂ ਵਾਲੇ ਆ, ਭੱਜੇ ਜਾਂਦੇ ਗੋਇੰਦਵਾਲ ਸਾਹਿਬ, ਕਿੰਨੇ ਕਿੰਨੇ ਦਿਨ ਲਾ ਕੇ ਆਉਂਦੇ ਨੇ, ਇੱਕ ਮੈਂ ਹਾਂ ਮਾੜੇ ਕਰਮਾਂ ਵਾਲਾ, ਜਿਹਨੂੰ ਸਤਿਗੁਰ ਕਹਿੰਦੀ ਤੂੰ ਸਾਡੇ ਕੋਲ ਕਦੇ ਨਹੀਂ ਆਉਣਾ, ਕਿ ਪ੍ਰੇਮ ਦੀ ਭਾਵਨਾ, ਗੁਰੂ ਅਰਜਨ ਵਰਗਾ ਕੋਈ ਨਹੀਂ ਜਾਗਤੀ ਹੋ ਸਕਦਾ, ਪ੍ਰੀਤੀ ਚੰਦ ਤੇ ਉਹਨਾਂ ਦੇ ਚਰਨਾਂ ਦੀ ਵੀ ਝੂਠ, ਪਰ ਉਹ ਆਪਣੇ ਆਪ ਨੂੰ ਮੰਨਦੇ ਆ ਕਿ ਫਿਰ ਮੇਰੇ ਗੁਨਾਹ ਵੱਡੇ, ਮੈਨੂੰ ਸਤਿਗੁਰ ਬੁਲਾਉਂਦੇ ਨਹੀਂ। ਇੱਕ ਦਿਨ ਮਨ ਚ ਆਇਆ ਵੀ ਚਲੋ ਠੀਕ ਹੈ ਪਾਤਸ਼ਾਹ, ਤੁਸੀਂ ਨਹੀਂ ਬੁਲਾਉਣਾ ਮੌਤ ਹੈ ਤੁਹਾਡੀ, ਤੁਸੀਂ ਖੱਤ ਨਹੀਂ ਪਾਉਣਾ ਮੌਤ ਹੈ ਤੁਹਾਡੀ। ਮੈਂ ਖੱਤ ਤੇ ਤੁਹਾਨੂੰ ਲਿਖੀ ਸਕਦਾ, ਲਿਖਿਆ ਜਾ ਸਕਦਾ, ਮਤਲਬ ਇਹ ਤਾਂ ਨਹੀਂ ਕਿਹਾ ਵੀ ਚਿੱਠੀ ਨਾ ਭੇਜਿਓ ਸਾਨੂੰ, ਕੋਈ ਸਤਿਗੁਰਾਂ ਨੇ ਕਿਹਾ ਸੀ ਵੀ ਸਾਡੇ ਬੁਲਾਏ ਬਿਨਾਂ ਤੁਸੀਂ ਇੱਥੇ ਨਹੀਂ, ਜਦੋਂ ਬੁਲਾਵਾਂਗੇ ਉਦੋਂ। ਕਹਿੰਦੇ ਕਾਗਜ਼ ਲਿਆ ਕਲਮ ਚੋਂ, ਜੋ ਹਿਰਦੇ ਦੇ ਵਿੱਚ ਚੱਲਦਾ ਸੀ ਉਹਨੂੰ ਲਿਖਣ ਲੱਗੇ ਨੇ, ਉਹ ਕਾਗਜ਼ ਪਰ ਲਿਖੇ ਬਣਾਏ ਨਿਜ ਮਨ ਦਸ਼ਾ ਜਥਾ ਅਕਲਾਏ। ਜਿਹੜੇ ਅੰਦਰ ਹਿਰਦੇ ਦੀ ਦਸ਼ਾ ਸੀ, ਜਿਹੜੇ ਅੰਦਰ ਦੇ ਹਾਲਾਤ ਸਨ, ਅੰਦਰੋਂ ਵਿਆਕਲ ਹੋ ਚੁੱਕੇ ਸੀ, ਕਮਲੇ ਦੀਵਾਨੇ ਬਣ ਸੁੱਕ ਚੁੱਕੇ ਸੀ, ਉਹ ਸਾਰੇ ਦਾ ਸਾਰਾ ਰੂਪ ਇੱਕ ਸ਼ਬਦ ਦੇ ਰੂਪ ਦੇ ਵਿੱਚ ਕਾਗਜ਼ ਤੇ ਲਿਖ ਦਿੱਤਾ, ਅੰਦਰ ਦੀ ਪੀੜਾ ਲਿਖੀ, ਉਹ ਸ਼ਬਦ ਫਿਰ ਕਵੀ ਇੱਥੇ ਵਰਣਨ ਕਰ ਰਿਹਾ, ਜੋ ਗੁਰੂ ਅਰਜਨ ਦੇ ਪਾਤਸ਼ਾਹ ਨੇ ਲਾਹੌਰ ਦੀ ਧਰਤੀ ਚੂਨਾ ਮੰਡੀ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ ਹੋਇਆ, ਉਸ ਦੇ ਪਾਵਨ ਅਸਥਾਨ ਤੇ ਅੰਮ੍ਰਿਤ ਬਚਨੇ ਉਚਾਰਨ ਕੀਤੇ ਨੇ, ਸ੍ਰੀ ਮੁਖ ਵਾਕ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ। ਸ੍ਰੀ ਮੁਖ ਵਾਕ ਰਾਗਮਾਨ ਵਿੱਚ ਧੰਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਲਿਖਦੇ ਨੇ ਕਿ ਪਹਿਲਾ ਸ਼ਬਦ ਹੈ ਪਤਾ, ਪਹਿਲਾ ਚੌਪਦੇ ਦਾ ਪਹਿਲਾਂ, ਜਿਸ ਜੇਕਰ ਗੁਰੂ ਸਾਹਿਬ ਕਰਦੇ ਆਪਣੇ ਅੰਦਰ ਦੀ ਪੀੜਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਕਹਿੰਦੇ ਮੇਰਾ ਇਹ ਮਨ ਆ ਨਾ ਜਿਹੜਾ ਇਹ ਲੋਚ ਹੈ, ਲੋਚਣਾ ਵਾਰ 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 ਤੜਫਣਾ, ਤੜਫ ਤੜਫ ਕੇ ਇੱਕ ਆਸ ਪ੍ਰਗਟ ਕਰਨੀ, ਮਿਲਣਾ ਚਾਹੁੰਦੇ ਹਾਂ, ਲੋਚ ਇੱਕ ਆਸ ਹੈ, ਉਹ ਪੂਰੀ ਕਰਨੀ ਨਾ ਕਰਨੀ ਸੱਜਣ ਦੀ ਮਰਜ਼ੀ ਹੈ, ਸਾਡੀ ਨਹੀਂ ਹੈ, ਅਸੀਂ ਚਾਹੁੰਦੇ ਹਾਂ, ਸਾਡੀ ਇੱਛਾ ਹੈ, ਇੱਛਾ ਕਰ ਸਕਦੇ ਹਾਂ, ਪੂਰੀ ਕਰਨੀ ਉਹਦੀ ਮਰਜ਼ੀ ਹੈ, ਨਹੀਂ ਕਰਨੀ ਉਹਦੀ ਮਰਜ਼ੀ ਹੈ, ਕਿਉਂਕਿ ਸੱਜਣ ਨਾਲ ਇਸ਼ਕ ਸੱਚਾ ਹੈ। ਹਿਰਦੇ ਦੇ ਪ੍ਰੇਮ ਨੂੰ ਆਖਦੇ ਨੇ ਮੇਰਾ ਮਨ ਲੋਚੈ, ਕਾਹਦੇ ਲਈ, ਗੁਰ ਦਰਸ਼ਨ ਲਈ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨਾਂ ਦੇ ਤਾਈ ਮੇਰਾ ਮਨ ਲੋਚਦਾ ਏ, ਤੜਫਦਾ ਹੈ, ਬਿਲਕਦਾ ਹੈ, ਕਲਪਦਾ ਹੈ, ਹਰ ਵੇਲੇ ਕਰਲਾਉਂਦਾ ਏ, ਦੇਖਣਾ ਮੈਂ ਕਿਵੇਂ ਨਾ ਕਿਵੇਂ ਸਤਿਗੁਰਾਂ ਨੂੰ ਤਖ਼ਤ ਤੇ ਬੈਠੇਗਾ, ਅੱਖੀਆਂ ਨਾਲ ਤਰਕ ਲਵਾ, ਬਿਲਪ ਕਰੇ
ਚਾਤਰਕ ਕੀ ਨਿਆਈ ਆਪਣੇ ਹਿਰਦੇ ਦੀ ਪੀੜਾ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਦਰਸ਼ਨਾਂ ਬਿਨਾਂ ਮੈਂ ਕਿਵੇਂ ਤੜਫਦਾ ਉਹਨਾਂ ਐਗਜ਼ਾਮਪਲ ਦਿੱਤੀ ਪਿੰਡ ਪੰਦਾਰੀ ਚਾਤਰਿਕ ਕੀ ਨਿਆਈ ਬਿਲਕੁਲ ਪ੍ਰਮਾਤ ਰੋਣਾ ਕਲਪਣਾ ਤੜਫਣਾ ਚੀਕਣਾ ਤੁਸੀਂ ਕਦੇ ਬਬੀਹੇ ਦੀ ਆਵਾਜ਼ ਸੁਣੀ ਬੜੀ ਵਾਰ ਆਪਾਂ ਸੁਣਦੇ ਹਾਂ ਹੁਣ ਬਬੀਹਾ ਮੀਂਹ ਵਿੱਚ ਵੀ ਬੋਲੀ ਜਾਂਦਾ ਕਿਉਂਕਿ ਉਹਦੀ ਗਰਦਨ ਦੇ ਵਿੱਚ ਇੱਕ ਛੇਕ ਹੈ ਇੱਕ ਛੇਕ ਉਹਦੇ ਸਿਰ ਉੱਤੇ ਹੈ ਲੱਖ ਬਰਸਾਤ ਪਵੇ ਉਹ ਕਦੇ ਵੀ ਨਹੀਂ ਰੱਜਦਾ ਇੱਕ ਸਵੰਤੀ ਬੂੰਦ ਸੀਸ ਵਿੱਚ ਪੈ ਗਈ ਤੇ ਨਿਸ਼ਾਨ ਛੇ ਮਹੀਨੇ ਕੱਢ ਜੇ ਉਹ ਆਪਣੀ ਚੁੰਝ ਦੇ ਨਾਲ ਕਿਸੇ ਦਰਿਆ ਦਾ ਨਦੀ ਨਾਲੇ ਦਾ ਪਾਣੀ ਪੀਵੇ ਤੇ ਉਹ ਗਲ ਦੇ ਸੁਰਾਖ ਚੋਂ ਨਿਕਲ ਜਾਣ ਇੱਕ ਬੂੰਦ ਉਹਦੇ ਨਹੀਂ ਕਰਦੀ ਜ਼ਿਕਰ ਕੀਤਾ ਜਿਵੇਂ ਉਹ ਕਲਪਦਾ ਹੈ ਜਿਹਨੂੰ ਮਹਾਰਾਜ ਨੇ ਲਿਖੀ ਉਹ ਆਵਾਜ਼ ਵੀ ਲਿਖੀ ਹੈ ਬੱਬੀ ਹਾ ਪ੍ਰਯੋਗ ਪ੍ਰਯੋਗ ਕਰੇ ਜਲ ਨਿਧ ਪ੍ਰੇਮ ਪਿਆ ਜਿਵੇਂ ਇੱਕ ਬਬੀਹਾ ਪ੍ਰੇਮ ਕਰਦਾ ਉਸ ਸਵੰਤੀ ਬੂੰਦ ਨਾਲ ਉਹਦੇ ਲਈ ਬਰਸਾਤ ਕਿਸੇ ਕਾਰਨ ਨਹੀਂ ਸਮੁੰਦਰ ਨਦੀਆਂ ਦਰਿਆ ਕਿਸੇ ਕਾਰਨ ਨਹੀਂ ਉਹਦਾ ਪ੍ਰੇਮ ਉਹਦੇ ਨਾਲ ਹੈ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੱਚੇ ਹਜ਼ੂਰ ਮੇਰੀ ਜਿਹੜੀ ਅੰਦਰ ਦੀ ਪਿਆਸ ਹੈ ਤੁਹਾਡੇ ਦਰਸ਼ਨਾਂ ਦੇ ਤਾਂ ਹੀ ਹੈ ਮੈਂ ਤੇ ਬਬੀਹੇ ਵਾਂਗ ਕਲਪਦਾ ਤੜਫਦਾ ਹਾਂ ਚਾਤਰਿਕ ਨਾਮ ਬਬੀਹੇ ਨਿਆਈ ਕਹਿੰਦੀ ਉਹਦੀ ਵੰਗ ਉਹਦੀ ਤਰ੍ਹਾਂ ਮੇਰੀ ਇਹ ਹਾਲਤ ਹੈ ਮੈਨੂੰ ਲੱਖ ਸੰਗਤਾਂ ਦੇ ਦਰਸ਼ਨ ਹੋ ਜਾਣ ਲੱਖ ਮੈਂ ਬਾਣੀ ਸੁਣਾ ਲੱਖ ਸਿੱਖਾਂ ਦੀ ਸੇਵਾ ਕਰਾਂ ਪਰ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਤੇਰੇ ਦਰਸ਼ਨਾਂ ਤੋਂ ਬਿਨਾਂ ਮੈਂ ਅੱਜ ਵੀ ਅਧੂਰਾ ਹਾਂ ਉਹ ਸਤਨਾਮ ਦੀਦਾਰ ਦੇ ਦਿਓ ਮੇਰਾ ਮਨ ਲੋਚੈ ਗੁਰਦਰਸ਼ਨ ਬਾਬਾ ਪ੍ਰਿਥੀ ਚੰਦ ਦਾ ਮਨ ਕਾਹਦੇ ਲਈ ਲੋਚਦਾ ਮਾਇਆ ਤਾਂ ਪਦਾਰਥਾਂ ਦੇ ਤਾਂ ਮੈਨੂੰ ਮਾਣ ਮਿਲ ਜੇ ਮੈਨੂੰ ਗੱਦੀ ਮਿਲ ਜੇ ਇੱਥੇ ਨਾ ਮਾਣ ਚਾਹੀਦਾ ਨਾ ਸਤਿਕਾਰ ਚਾਹੀਦਾ ਨਾ ਪਦਾਰਥ ਚਾਹੀਦੇ ਕਹਿੰਦੇ ਹਜ਼ੂਰ ਤੇਰੇ ਦਰਸ਼ਨਾਂ ਦੀ ਤਾਂਗ ਚਾਹੀਦੀ ਹੈ ਮੈਂ ਤੇ ਤੜਫ ਤੜਫ ਮਰ ਜਾਣਾ ਜੇ ਬਬੀਹੇ ਨੂੰ ਸਵੰਤੀ ਬੂੰਦ ਨਾ ਮਿਲੇ ਤੇ ਉਹ ਆਪਣੇ ਪ੍ਰਾਣ ਛੱਡ ਜਾਂਦਾ ਹੈ ਪਰ ਉਹ ਪਾਣੀ ਕਿਸੇ ਦਰਿਆ ਦਾ ਨਹੀਂ ਪੀਂਦਾ ਗੁਰੂ ਅਰਜਨ ਆਖਣ ਲੱਗੇ ਸਤਿਗੁਰੂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜਗ ਦੇ ਦਰਸ਼ਨ ਮੇਰੇ ਲਈ ਕਾਫੀ ਨਹੀਂ ਸ਼ਾਂਤ ਨਾ ਆਵੇ ਮੇਰੀ ਹਾਲਤ ਬਬੀਹੇ ਵਰਗੀ ਕਿਉਂ ਤ੍ਰਿਖਾ ਨਾ ਉਤਰੇ ਤ੍ਰਿਖਾ ਨਾ ਮੈਂ ਪਿਆਸ ਸ਼ਾਂਤ ਨਾ ਤੇ ਮੈਨੂੰ ਸ਼ਾਂਤੀ ਵੀ ਨਹੀਂ ਆਉਂਦੀ ਟਕਾ ਵੀ ਨਹੀਂ ਆਉਂਦਾ ਦਿਨ ਚੜ ਜਾਂਦਾ ਹੈ ਰਾਤ ਦਾ ਫਿਕਰ ਪੈ ਜਾਂਦਾ ਹੈ ਰਾਤ ਆਉਂਦੀ ਹੈ ਸਵੇਰ ਦਾ ਫਿਕਰ ਪੈ ਜਾਂਦਾ ਹੈ ਰਾਤਾਂ ਹੀ ਬੜੀਆਂ ਲੰਬੀਆਂ ਨੇ ਦਿਨ ਬੜੇ ਲੰਬੇ ਨੇ ਤੁਹਾਡੀ ਯਾਦ ਵਿੱਚ ਡੁੱਬਿਆ ਹੀ ਰਹਿੰਦਾ ਕਦੋਂ ਮਰਗ ਤੁਸੀਂ ਸਤਾ ਲਓਗੇ ਕਦੋਂ ਤੁਸੀਂ ਬੁਲਾ ਲਓਗੇ ਮੈਨੂੰ ਪਿਆਸ ਲੱਗੀ ਦਰਸ਼ਨਾਂ ਦੀ ਇਹ ਲੱਖਣ ਹੀ ਨਹੀਂ ਦਰਸ਼ਨਾਂ ਤੋਂ ਬਿਨਾਂ ਦਰਸ ਮੇਰੇ ਕੀ ਪਿਆਸ ਮਨ ਸ਼ਾਂਤ ਨਾ ਅੰਦਰ ਮੈਨੂੰ ਟਕਾ ਹੀ ਨਹੀਂ ਆਉਂਦਾ ਮੈਂ ਕੀ ਕਰਾਂ ਮੈਂ ਆਪਣੇ ਆਪ ਨੂੰ ਬੜੀ ਵਾਰ ਸਮਝਾਇਆ ਬੜੀ ਵਾਰ ਆਪਣੇ ਆਪ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਲੱਗਦਾ ਇਹੋ ਜਿਹੜੇ ਪ੍ਰੇਮ ਕਰਦੇ ਆ ਨਾ ਜੀ ਜਾਂ ਪਿਆਰ ਕਰਦੇ ਆ ਉਹਨਾਂ ਦਾ ਮਨ ਤੁਸੀਂ ਲੱਖ ਉੜਝਾ ਲਿਓ ਪਹਿਲਾਂ ਵੀ ਸੱਜਣਾ ਕਿਤਾਬ ਪੜ੍ਹ ਲਾ ਉਹਦੇ ਬਾਰੇ ਨਾ ਸੋਚੀ ਕਹਿੰਦਾ ਯਾਰ ਉਹ ਅੱਖਰਾਂ ਚੋਂ ਵੀ ਉਹੀ ਦਿਸਦਾ ਇੱਥੇ ਦੁਨਿਆਵੀ ਬੰਦੇ ਅਸੀਂ ਸਾਨੂੰ ਕੋਈ ਪੁੱਛੇ ਵੀ ਤੂੰ ਟਾਈਮ ਪਾਸ ਕਿੱਦਾਂ ਕਰਦਾ ਬਾਈ ਤੂੰ ਤੇ ਪ੍ਰੇਮ ਬੜਾ ਕਰਦਾ ਸੀ ਕਹਿੰਦਾ ਨਹੀਂ ਜੀ ਅਸੀਂ ਤੇ ਆਪਣਾ ਆਪ ਬਿਜ਼ੀ ਕਰ ਲੈਂਦਾ ਕਦੇ ਕੁਛ ਵੇਖ ਲਿਆ ਕਦੇ ਕੁਛ ਵੇਖ ਲਿਆ ਇਹ ਉਹਨਾਂ ਲੋਕਾਂ ਦਾ ਕੰਮ ਜਿਹੜੇ ਟਪੋਰੀ ਲੋਕ ਆਪਣੇ ਆਪ ਤੱਕ ਹੀ ਮਤਲਬ ਆ ਜਿਹਨਾਂ ਨੂੰ ਵੀ ਮੈਂ ਕਿਵੇਂ ਖੁਸ਼ ਰਹਿ ਸਕਦਾ ਦੇਖੋ ਪ੍ਰੇਮ ਦੀ ਅਵਸਥਾ ਦੇ ਵਿੱਚ ਕਦੇ ਲੈਲਾ ਤੇ ਮਜਨੂੰ ਨੂੰ ਪੜ੍ਹ ਕੇ ਵੇਖੋ ਭਾਈ ਗੁਰਦਾਸ ਕੀ ਲਿਖਦੇ ਹਾਲਤ ਉਹਨਾਂ ਦੀ ਪ੍ਰੇਮ ਦੀ ਅਵਸਥਾ ਚ ਸਿੱਖਾਂ ਨੂੰ ਪੁੱਛ ਕੇ ਵੇਖੋ ਪੁੱਛੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਛੀ ਨੂੰ ਕੋਈ ਆਖੇ ਵੀ ਚੱਲ ਆ ਛੱਡ ਪਾਣੀ ਅੰਟਾਰਟਿਕਾ ਦੇ ਸਮੁੰਦਰਾਂ ਤੇ ਚੱਲਦੇ ਆ ਉੱਥੇ ਬਰਫੀ ਬਰਫ ਜੰਮੀ ਬੜੀ ਸੋਹਣੀ ਵਾਦੀ ਹੈ ਬੜਾ ਹੁਸੀਨ ਹੈ ਉਹਨੇ ਕਹਿਣਾ ਨਾ ਮੈਨੂੰ ਤੇ ਪਾਣੀ ਚਾਹੀਦਾ ਉਹ ਵੀ ਖਾਣਾ ਚਾਹੀਦਾ ਮੇਰਾ ਜਿਉਣਾ ਸਮੁੰਦਰ ਦਾ ਪਾਣੀ ਹੈ ਬਬੀਹੇ ਨੂੰ ਕੋਈ ਆਖੇ ਵੀ ਚੱਲ ਫਲਾਣੇ ਥਾਂ ਤੇ ਦਰਿਆ ਝੀਲ ਬੜੀ ਸੋਹਣੀ ਹੈ ਤੈਨੂੰ ਮਾਨ ਸਰੋਵਰ ਲੈ ਚੱਲਦਾ ਕਹਿੰਦਾ ਨਹੀਂ ਮੇਰੇ ਉਹ ਕਿਸੇ ਕੰਮ ਨਹੀਂ ਮੈਨੂੰ ਸਵੰਤੀ ਪੂਤ ਤੋਂ ਬਿਨਾਂ ਤ੍ਰਿਖਾ ਨਾ ਉਤਰੇ ਮੇਰੀ ਪਿਆਸ ਨੀ ਲੱਗਣੀ ਸ਼ਾਂਤ ਨਾ ਆਵੇ ਮੇਰੀ ਸ਼ਾਂਤੀ ਨਹੀਂ ਆਉਣੀ ਹੁਣ ਆਪਾਂ ਕਈ ਵਾਰ ਕਹਿੰਦੇ ਮੈਨੂੰ ਪਿਆਸ ਲੱਗੀ ਪਾਣੀ ਚਾਹੀਦਾ ਤੇ ਹੁਣ ਸਾਡੀ ਪਿਆਸ ਮਤਲਬ ਹੀ ਹੈ ਸਾਨੂੰ ਇੱਕ ਬੰਦਾ ਕਹਿੰਦਾ ਗੱਲ ਸੁਣੋ ਏ ਕੂਕਦਾ ਪੀਏ ਖਿੱਚ ਗਿਆ ਲੱਗੀ ਪਿਆਸ ਹੈ ਹੁਣ ਪਿਆਸ ਨਾ ਤੇ ਕੂਕ ਦੀ ਲੱਗਦੀ ਨਾ ਕੋਲਡ ਡਰਿੰਕ ਦੀ ਲੱਗੇ ਨਾ ਨਿੰਬੂ ਪਾਣੀ ਦੀ ਲੱਗੇ ਨਾ ਕਿਸੇ ਹੋਰ ਰੂਹ ਹਫਜ਼ੇ ਦੀ ਲੱਗੇ ਪਿਆਸ ਦਾ ਮਤਲਬ ਕੇਵਲ ਪਾਣੀ ਹੈ
ਪਰ ਅਸੀਂ ਇੰਨੇ ਕੁ ਲਾਲਚੀ ਬੰਦੇ ਆ, ਪਾਣੀ ਛੱਡ ਕਹਿੰਦੇ ਆ ਚੱਲ ਜਾ ਫਿਰ ਮਤਲਬ ਸਾਨੂੰ ਪਾਣੀ ਨਾਲ ਕੋਈ ਲੈਣ ਦੇਣ ਨਹੀਂ, ਮਿਲੇ ਨਾ ਮਿਲੇ ਉਹਦਾ ਅਲਟਰਨੇਟ ਮਿਲਣਾ ਚਾਹੀਦਾ ਬਸ, ਮੂੰਹ ਨਹੀਂ ਸੁਣਨਾ ਚਾਹੀਦਾ। ਪਰ ਇੱਥੇ ਪਿਆਸ ਕੀ ਹੈ, ਕਹਿੰਦੇ ਤ੍ਰਿਖਾ ਨਾ ਉਤਰੈ, ਮੈਂ ਕਹਿੰਦੇ ਜੇ ਪਾਣੀ ਪੀਵਾਂ ਵੀ ਪਿਆਸ ਸ਼ਾਂਤ ਨਾ, ਮੈਨੂੰ ਟਕਾਈ ਨਹੀਂ ਆਉਣਾ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਭਾਵੇਂ ਸਿੱਖ ਮੈਨੂੰ ਲੱਖ ਆਖਣ ਵੀ ਸਾਡਾ ਰੂਪ ਗੁਰੂ ਦੇ ਗੁਰੂ ਦਾ ਰੂਪ ਅਸੀਂ, ਤੁਹਾਨੂੰ ਦੇਖੇ ਬਿਨਾਂ ਤੱਕੇ ਬਿਨਾਂ ਮੇਰੀ ਹਾਲਤ ਬਦ ਤੋਂ ਬਦਤਰ ਹੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਅੱਗੇ ਆਪਣੀ ਹਾਲਤ ਦੱਸੀ, ਕਹਿੰਦੇ ਬਿਨ ਦਰਸ਼ਨ ਸੰਤ ਪਿਆਰੇ ਜੀਓ, ਸੰਤ ਕਹਾਉਣ ਨਹੀਂ ਸੌਖਾ ਹੈ। ਸੰਤ ਕੌਣ ਨੇ? ਧੰਨ ਧੰਨ ਗੁਰੂ ਰਾਮਦਾਸ। ਅਸੀਂ ਬਾਣੀ ਨਹੀਂ ਪੜ੍ਹਦੇ, ਗੁਰਬਾਣੀ ਵਿੱਚ ਸਤਿਗੁਰਾਂ ਜ਼ਿਕਰ ਕੀਤਾ ਨਾ, ਸੰਤ ਕੀ ਨਿੰਦਾ ਪੜ੍ਹਦੇ ਨਾ ਅਸੀਂ ਬੰਦਿਆਂ। ਸੁਖਮਨੀ ਸਾਹਿਬ ਚ ਉੱਥੇ ਅਵਸਥਾ ਕੀ ਹੈ, ਸੰਤ ਕਿਹਨੂੰ ਕਿਹਾ? ਸੰਤ ਪੂਰੇ ਗੁਰੂ ਆਖਿਆ, ਪੜ੍ਹੇ ਹੋ ਕਦੇ ਅੱਜ ਤੱਕ? ਬ੍ਰਹਮ ਗਿਆਨੀ ਕਿਹਨੂੰ ਆਖਿਆ? ਪੂਰੇ ਗੁਰੂ ਨੂੰ ਬ੍ਰਹਮ ਗਿਆਨੀ ਆਖਿਆ ਤੇ ਜੁੜੇ ਹੋਏ ਨੂੰ ਆਖਿਆ। ਪਰ ਅਸੀਂ ਲੋਕਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਵਰਤ ਵਰਤ ਕੇ ਡੇਰੇ ਬਣਾ ਲਏ, ਬੰਦਿਆਂ ਨੂੰ ਪੁਜਾਰੀ ਪੂਜਾ ਕਰ ਕਰਕੇ ਉਹਨਾਂ ਦੇ ਧੰਦੇ ਚਲਾ ਲਏ। ਪਰ ਨਹੀਂ, ਇੱਥੇ ਪੁੱਛੋ ਸੰਤ ਸ਼ਬਦ ਕਿਹਨੂੰ ਲਿਖ ਰਹੇ ਨੇ? ਗੁਰੂ ਅਰਜਨ ਦੇਵ ਜੀ। ਤ੍ਰਿਖਾ ਦਾ ਉੱਤਰ ਹੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀ। ਉਹ ਸੰਤ ਕੌਣ ਨੇ? ਤੁਹਾਨੂੰ ਗੁਰੂ ਰਾਮਦਾਸ ਪਿਆਰੇ ਸੰਤ, ਗੁਰੂ ਸੰਤ ਹੈ, ਗੁਰੂ ਸਾਧੂ ਨਹੀਂ। ਗੁਰਬਾਣੀ ਵਿੱਚ ਜੇ ਸਾਧੂ ਦਾ ਜ਼ਿਕਰ ਆਉਂਦਾ ਤੇ ਗੁਰੂ ਲਈ ਆਉਂਦਾ, ਸੰਤ ਜ਼ਿਕਰ ਆਉਂਦਾ ਗੁਰੂ ਲਈ ਆਉਂਦਾ ਏ। ਤੇ ਇੱਕ ਦੋ ਥਾਂ ਤੇ ਹੋਰ ਬਾਬਾ ਬੁੱਢਾ ਜੀ ਵਾਸਤੇ ਆਇਆ ਜਾਂ ਭਗਤ ਕਬੀਰ ਜੀ ਵਾਸਤੇ ਆਇਆ? ਕਹੋ ਕਬੀਰ, ਸੰਤ ਹੈ ਅਪਰਾਧ ਗਿਆ, ਉਹਨਾਂ ਆਪਣੇ ਆਪ ਨੂੰ ਸੰਤ ਲਿਖਿਆ? ਭਗਤ ਕਬੀਰ ਜੀਆਂ ਨੇ ਲਿਖਿਆ, ਬਾਬਾ ਬੁੱਢਾ ਜੀ ਨੇ ਲਿਖਿਆ, ਲਿਖਦੇ ਨੇ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਕੋਲ। ਇਸ ਸੰਤ ਨੇ ਕੀ ਅਪਰਾਧ ਕੀਤਾ? ਤੁਸੀਂ ਸੰਗਲ ਪਾ ਕੇ ਹਾਥੀ ਦੇ ਪੈਰਾਂ ਥੱਲੇ ਬੰਨ ਲਿਆ। ਐਸਿਆਂ ਨੂੰ ਮਰਦ ਕਹਿੰਦੇ ਐਸੇ ਸੰਤ ਜਨ ਗੁਰੂ ਰਾਮਦਾਸ ਤੁਹਾਡੇ ਦਰਸ਼ਨ ਚਾਹੀਦੇ ਆ। ਹੁਣ ਸੰਤ ਤੇ ਸ਼ਾਂਤ ਦੋ ਸ਼ਬਦ ਇਕੱਠੇ ਆ, ਤ੍ਰਿਖਾ ਨਾ ਉਤਰ ਹੈ ਸ਼ਾਂਤ ਨਾ। ਹੁਣ ਤ੍ਰਿਖਾ ਇੱਕ ਪਿਆਸ, ਉਹ ਲੱਖ ਦੀ ਵੀ ਜਦੋਂ ਤੱਕ ਸ਼ਾਂਤੀ ਨਾ ਆਵੇ, ਸ਼ਾਂਤੀ ਕਿਵੇਂ ਆਏਗੀ? ਤ੍ਰਿਖਾ ਇਹ ਦਰਸ਼ਨਾਂ ਦੇ ਨਾਲ, ਪਿਆਸ ਤ੍ਰਿਖਾ ਦਰਸ਼ਨਾਂ ਦੀ ਹੈ। ਸ਼ਾਂਤੀ ਹੈ ਜਿਹੜੀ ਉਹ ਸੰਤ ਦੇ ਦੀਦਾਰਾਂ ਦੀ ਆ, ਉਹ ਸਤਨਾਮ। ਸ਼ਾਂਤੀ ਤਾਂ ਆਊ ਜੇ ਸੰਤ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਜਿਹਨੂੰ ਮਿਲਿਆ ਹਿਰਦਾ ਸ਼ਾਂਤ ਹੋ ਜੇ। ਤ੍ਰਿਖਾ ਤਾਂ ਲੱਥਣੀ ਹੈ ਜੇ ਦਰਸ਼ਨ ਗੁਰੂ ਰਾਮਦਾਸ ਮਹਾਰਾਜ ਦੇ ਹੋ ਗਏ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਗੁਰਬਾਣੀ ਇਹ ਤਾਂ ਅਨਵੇ ਕਰਕੇ ਅਰਥ ਦਿੰਦੀ ਹੈ, ਪਰ ਸਾਨੂੰ ਅਰਥਾਂ ਦਾ ਪਤਾ ਹੀ ਹੋ, ਅਸੀਂ ਆਪਣੇ ਆਪ ਨੂੰ ਸਮਝੀ ਜਾਂਦੇ ਹਾਂ ਵੀ ਮੈਂ ਬੜਾ ਮਹਾਨ ਹਾਂ, ਕਿਤੇ ਮਰਦ ਨੇ ਸਾਡੇ ਵਰਗੇ ਮਾਰੇ। ਇਹ ਉਹ ਤੜਫ ਦੀ ਅਵਸਥਾ ਹੈ, ਵੈਰਾਗ ਦੀ ਅਵਸਥਾ ਹੈ। ਗੁਰੂ ਅਰਜਨ ਦੇਵ ਉਚਾਰਦੇ ਹਨ, ਹੋ ਕੋਲੇ ਕੀ ਕੋਲ ਕਮਾਈ, ਪਹਿਲੇ ਪਦੇ ਦੀ ਸਮਾਪਤੀ ਕਰਦੇ ਆਖਦੇ ਹਾਉ ਕੋਲੀ ਜੀ ਕੋਲ ਕਮਾਈ, ਕਮਾਈ ਕਮਾਈ ਭਾਵ ਕੋਲ ਨਾਮ ਹੈ ਕਾਲਣਾ ਮਿਹਨਤ। ਅਗਲਾ ਭਾਵ ਕੀ ਹੈ, ਹਉ ਭੋਲੀ ਜੀਉ ਭੋਲ ਕਮਾਈ, ਕਹਿੰਦੇ ਮੈਂ ਸਦ ਕੇ ਜਾਵਾਂ ਕੁਰਬਾਨ ਜਾਵਾਂ ਸੱਚੇ ਪਾਤਸ਼ਾਹ ਤੇਰੇ ਤੋਂ, ਇਹ ਮੇਰੀ ਘਾਲਣਾ ਹੈ ਕਿਉਂਕਿ ਮੇਰੀ ਪਿਆਸ ਤੇਰੇ ਲਈ ਹੈ, ਤੇਰੇ ਦਰਸ਼ਨਾਂ ਲਈ ਹੈ, ਮੇਰੀ ਸ਼ਾਂਤੀ ਤੇਰੇ ਸੰਤ ਰੂਪ ਲਈ ਹੈ। ਤੇ ਜੇ ਮੈਂ ਬਬੀਹਾ ਬਣ ਕੇ ਪ੍ਰਯੋਗ ਪ੍ਰਯੋਗ ਕਰਦਾ ਹਾਂ, ਬਬੀਹਾ ਬਣ ਕੇ ਤੇਰੇ ਵੱਲ ਵੇਖਦਾ ਹਾਂ, ਬਿਲਕਦਾ ਹਾਂ, ਉਹ ਮੇਰੀ ਅੰਦਰ ਦੀ ਇੱਕ ਲੋਚਾ ਹੈ, ਮੇਰੇ ਅੰਦਰ ਦੀ ਇੱਕ ਇੱਛਾ ਹੈ। ਮੈਂ ਉਸ ਇੱਛਾ ਤੋਂ ਕੁਰਬਾਨ ਜਾਵਾਂ, ਮੈਂ ਉਹਨੂੰ ਨਮਸਕਾਰ ਕਰਾਂ ਜਿਹੜੀ ਇੱਛਾ ਸੱਜਣਾ ਤੇਰੇ ਬਿਨਾਂ ਕਿਸੇ ਹੋਰ ਨੂੰ ਲੋਚਦੀ ਨਹੀਂ। ਸਤਨਾਮ ਹਉ ਭੋਲੀ ਜੀਓ ਭੋਲ, ਜੀਓ ਨਾਮ ਹਿਰਦੇ ਲੈ, ਕਹਿੰਦੇ ਮੈਂ ਆਪਣੇ ਹਿਰਦੇ ਤੋਂ ਤੈਨੂੰ ਨਮਸਕਾਰ ਕਰਦਾ, ਮੈਂ ਆਪਣੇ ਹਿਰਦੇ ਤੋਂ ਤੈਨੂੰ ਵੰਦਨਾ ਕਰਦਾ, ਆਪਣੇ ਹਿਰਦੇ ਤੋਂ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਤੋਂ ਸਦ ਕੇ ਜਾਵਾਂ। ਦਰਸ਼ਨ ਸੰਤ ਪਿਆਰੇ ਜੀਓ, ਸਮਾਪਤੀ ਕਰਦੇ ਆਖਦੇ ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਪਿਆਰੇ ਸੰਤ ਜਨ ਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਿਓ ਜੀਓ, ਜੀਓ ਹਿਰਦੇ ਮਨ ਦੇ ਤੁਸੀਂ ਜੀਓ,
ਮਹਾਨ ਹੋ ਵੱਡੇ ਹੋ। ਬੜੇ ਭਾਵ ਅਰਥ ਨੇ ਧੁਰਕੀ ਬਾਣੀ ਦੇ। ਹਾਉ ਕੋਲੀ ਜੀ ਘੂਲ ਘੁਮਾਈ ਘੁਰ ਦਰਸ਼ਨ ਸੰਤ ਪਿਆਰੇ ਜੀਓ ਐ ਪਿਆਰੇ ਸੱਜਣਾ ਤੇਰੇ ਦਰਸ਼ਨ ਹੋ ਜਾਣ, ਤੇਰੀ ਦੀਦ ਹੋ ਜਾਵੇ, ਤੇਰੇ ਦੀਦਾਰ ਹੋ ਜਾਣ, ਮੇਰੇ ਅੰਦਰ ਦੀ ਪਿਆਸ ਮੁੱਕ ਜੂ, ਫੇਰ ਭਾਵੇ ਕੱਲ ਮੌਤ ਆਉਂਦੀ ਅੱਜ ਆ ਜੇ ਆਖੋ ਸਤਨਾਮ, ਤੇਰੇ ਦਰਸ਼ਨਾਂ ਬਾਝੋ ਮਰਨਾ ਵੀ ਸ਼ੋਭਦਾ ਨਹੀਂ ਮੈਨੂੰ, ਤੇਰੇ ਬਿਨਾਂ ਤੇਰੇ ਨਾਮ ਤੋਂ ਬਿਨਾਂ ਮੈਂ ਆਪਣੀ ਹੋਂਦ ਨੂੰ ਕਲਪ ਹੀ ਨਹੀਂ ਸਕਦਾ ਕਦੇ। ਮੇਰੀ ਨਮਸਕਾਰ ਤੇਰੇ ਚਰਨਾਂ ਵਿੱਚ ਹੈ, ਮੇਰੀ ਡਡਾਊਕ ਤੇਰੇ ਚਰਨਾਂ ਵਿੱਚ ਹੈ, ਕਿਰਪਾ ਕਰਕੇ ਅਰਦਾਸ ਕਰਦਾ ਮੈਨੂੰ ਭਾਵੇਂ ਇੱਕ ਪਲ ਦੇ ਦੀਦਾਰ ਦੇ ਦਿਓ। ਅੱਜ ਦੇ ਅੰਮ੍ਰਿਤ ਬਚਨ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਬੇਨਤੀ ਕੀਤੀ ਹੈ, ਆਪਣੀ ਤੜਫ ਆਪਣੀ ਭਾਵਨਾ ਇਹ ਲਿਖੀ ਹੈ। ਸ਼ਬਦ ਹਜ਼ਾਰਿਆਂ ਦੀ ਬਾਣੀ ਹੈ ਨਾ ਜਿਹੜੀ, ਉਸ ਬਾਣੀ ਦਾ ਪਹਿਲਾ ਸ਼ਬਦ ਇਹ ਪ੍ਰੇਮ ਦੇ ਸ਼ਬਦ ਨੇ, ਭਾਵਨਾ ਦੇ ਸ਼ਬਦ ਨੇ। ਜਿਹੜਾ ਬੰਦਾ ਕਹਿੰਦਾ ਨਾ ਕਿ ਬਾਣੀ ਨਾਲ ਸਾਡਾ ਪ੍ਰੇਮ ਨਹੀਂ ਅਜੇ ਬਣਿਆ, ਮੈਂ ਕਹਿੰਦਾ ਸ਼ਬਦ ਹਜ਼ਾਰੇ ਦੀ ਬਾਣੀ ਨਿਤਨੇਮ ਵਿੱਚ ਰੋਜ਼ ਪੜੋ, ਵੇਖੋ ਪ੍ਰੇਮ ਬਣਦਾ, ਦੇਖਿਓ ਭਾਵ ਜਾਗਦਾ ਅੰਦਰੋਂ, ਕਿੰਨੀ ਪ੍ਰੀਤ ਜਾਗੀ ਕਿ ਬਰਾਤ ਆਏਗਾ, ਸਮਾਂ ਸਮਾਪਤ ਹੈ। ਵਾਹਿਗੁਰੂ ਆ ਗੇ।